ਹੈਲੋ एवरीवन ਸਟੱਡੀ ਜੀ ਕੇ ਐਮਸੀਕਿਊ ਸੀਰੀਜ਼ ਦਾ ਸੈੱਟ 8 ਅੱਜ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਅਗਰ ਤੁਸੀਂ ਫਸਟ ਟਾਈਮ ਚੈਨਲ ਨੂੰ ਵਾਚ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਲਾਸਟ 10 ইয়ার ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਜੋ ਵੀ ਐਗਜ਼ਾਮ ਕਨੈਕਟ ਕਰਵਾਏ ਗਏ ਹਨ ਉਸ ਦੇ ਸਟੱਡੀ ਜੀ ਕੇ ਐਮਸੀਕਿਊ ਦੀ ਸੀਰੀਜ਼ ਇਸ ਚੈਨਲ ਉੱਪਰ ਚੱਲ ਰਹੀ ਹੈ ਜਿਸ ਦੇ ਫਸਟ 7 ਸੈੱਟ ਯੂ ਹਨ ਨੂੰ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਜਿਸ ਦਾ ਲਿੰਕ ਇਸ ਵੀਡੀਓ ਦੇ ਨੀਚੇ ਗਿਵਨ ਹੈ ਤਾਂ ਇਸ ਵੀਡੀਓ ਦੇ ਵਿੱਚ ਸੈੱਟ 8 ਡਿਸਕਸ ਕੀਤਾ ਜਾਵੇਗਾ ਤਾਂ ਆ ਫਰੈਂਡਸ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਸੀਰੀਜ਼ ਦੇ ਜੋ ਵੀ ਅਪਕਮਿੰਗ ਸੈਟ ਅਪਲੋਡ ਹੋਣਗੇ ਉਹ ਤੁਹਾਡੇ ਮਿਸ ਨਾ ਹੋਣ ਤਾਂ ਉਸ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਐਂਡ ਇਸ ਦੇ ਨਾਲ ਹੀ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਤਾਂ ਜੋ ਇਸ ਸੀਰੀਜ਼ ਦੇ ਜੋ ਵੀ ਅਪਕਮਿੰਗ ਸੈਟ ਅਪਲੋਡ ਹੋਣਗੇ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਐਂਡ ਫਰੈਂਡਸ ਇਹਨਾਂ ਸਾਰੇ ਕੁਐਸਚਨ ਦੀ ਪੀਡੀਐਫ ਲਈ ਤੁਸੀਂ ਸਾਨੂੰ ਟੈਲੀਗ੍ਰਾਮ ਚੈਨਲ ਤੇ ਜੁਆਇਨ ਕਰ ਸਕਦੇ ਹੋ ਐਂਡ ਇੰਸਟਾ ਤੇ ਵੀ ਫਾਲੋ ਕਰ ਸਕਦੇ ਹੋ ਜਿਸ ਦਾ ਲਿੰਕ ਇਸ ਵੀਡੀਓ ਦੇ ਨੀਚੇ 기ਵਨ ਹੈ ਤਾਂ ਆਓ ਸਟਾਰਟ ਕਰਦੇ ਹਾਂ ਸੈਟ 8 ਕਵੈਸਚਨ ਨੰਬਰ 71 ਇਸ ਸੈੱਟ ਦੇ ਵਿੱਚ ਡਿਸਕਸ ਕਰਾਂਗੇ ਫਰਸਟ 1 ਤੋਂ 70 ਕਵੈਸਚਨ ਜੋ ਹਨ ਫਰੈਂਡਸ ਉਹ ਆਲਰੇਡੀ ਫਰਸਟ 7 ਸੈੱਟਸ ਦੇ ਵਿੱਚ ਡਿਸਕਸ ਕਰ ਚੁੱਕੇ ਆ ਜਿਸ ਦਾ ਲਿੰਕ ਇਸ ਵੀਡੀਓ ਦੇ ਨੀਚੇ 기ਵਨ ਹੈ ਤਾਂ ਉਹ ਵੀ ਤੁਸੀਂ ਜਰੂਰ ਵਾਚ ਕਰੋ ਜਿਸ ਦਾ ਤੁਹਾਨੂੰ ਆਉਣ ਵਾਲੇ ਅਪਕਮਿੰਗ ਪੰਜਾਬ ਗਵਰਨਮੈਂਟ ਐਗਜ਼ਾਮ ਦੇ ਵਿੱਚ ਕਾਫੀ ਬੈਨੀਫਿਟ ਹੋਵੇਗਾ ਤਾਂ ਆਓ ਸਟਾਰਟ ਕਰਨੇ ਆ ਕਵੈਸਚਨ ਨੰਬਰ 71 ਮਹਾਨ ਕੋਸ਼ ਦਾ ਪੰਜਾਬੀ ਐਨਸਾਈਕਲੋਪੀਡੀਆ ਵਾਸ ਰਿਟਨ ਬਾਈ ਤਾਂ ਫਰੈਂਡਸ ਗੁਰੂ ਸ਼ਬਦ ਰਤਨਾਕਰ ਯੋਗੀ ਮਹਾਨ ਕੋਸ਼ ਦਾ ਅਦਰ ਨੇਮ ਹੈ ਇਹ ਲਿਖਿਆ ਗਿਆ ਸੀ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਓਵਰ 14 ইয়ার ਦੇ ਵਿੱਚ ਇਸ ਨੂੰ ਕੰਪਲੀਟ ਕੀਤਾ ਗਿਆ ਸੀ ਤਾਂ ਇਹ ਇੱਕ ਫਰਸਟ ਪੰਜਾਬੀ ਐਨਸਾਈਕਲੋਪੀਡੀਆ ਸੀ ਜੋ ਮੋਰ ਦੈਨ 70000 ਵਰਡ ਹੈ ਜੋ ਕਨਸਿਸਟ ਕਰਦਾ ਤਾਂ ਇਸ ਦਾ ਜੋ ਜ਼ਿਆਦਾਤਰ ਰੈਫਰੈਂਸ ਹੈ ਉਹ ਗੁਰੂ ਗ੍ਰੰਥ ਸਾਹਿਬ ਦਸ਼ਮ ਗ੍ਰੰਥ ਗੁਰਪਰਕਾਉ ਸੂਰਜ ਗ੍ਰੰਥ ਤੋਂ ਐਂਡ ਅਦਰ ਸਿੱਖ ਬੁੱਕਸ ਤੋਂ ਲਿਆਤਾ ਗਿਆ ਸੋ ਫਰੈਂਡਸ ਇਸ ਤਰੀਕੇ ਨਾਲ ਇਸ ਦਾ ਕੁਐਸਚਨ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਜਿਸ ਨੂੰ ਗੁਰੂ ਸ਼ਬਦ ਰਤਨਾਕਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਿਆ ਗਿਆ ਸੀ ਤਾਂ ਆਓ ਦੇਖਦੇ ਹਾਂ ਨੈਕਸਟ ਕੁਐਸਚਨ ਕਵੈਸਚਨ ਨੰਬਰ 7 ਟੂ ਹੂ ਫਾਊਂਡਡ ਬ੍ਰਹਮੋ ਸਮਾਜ ਇਨ 1828 ਬ੍ਰਹਮੋ ਸਮਾਜ ਕਿਸ ਨੇ ਸਟੈਬਲਿਸ਼ ਕੀਤਾ ਸੀ ਤਾਂ ਫਰੈਂਡਸ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਰਾਜਾ ਰਾਮ 모ਹਨ ਰాయ ਜਿਨ੍ਹਾਂ ਵੱਲੋਂ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਗਈ ਸੀ ਤਾਂ ਫਰੈਂਡਸ ਰਾਜਾ ਰਾਮ 모ਹਨ ਰాయ ਰాయ ਜੋ ਰਾਜਾ ਰਾਮ 모ਹਨ ਰాయ ਜੋ ਸੀ ਉਸ ਨੂੰ ਮੇਕਰ ਆਫ ਮਾਡਰਨ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਇਸ ਨੇ ਹੀ ਇੰਟਰੋਡਿਊਸ ਕਰਵਾਇਆ ਸੀ ਪੰਜਾਬ ਦੇ ਵਿੱਚ ਵੈਸਟਰਨ ਐਜੂਕੇਸ਼ਨ ਐਂਡ ਇੰਗਲਿਸ਼ ਲੈਂਗੁਏਜ ਲੈਂਗੁਏਜ ਨੂੰ ਤਾਂ ਫਰੈਂਡਸ ਇਸ ਨੂੰ ਇਟ ਵਾਸ ਦਾ ਰਿਜ਼ਲਟ ਆਫ ਹਿਸ ਪਰਸਿਸਟੈਂਟ ਕੈਂਪੇਨ ਥੈਟ ਦਾ ਕਸਟਮ ਆਫ ਸਤੀ ਵਾਸ ਡਿਕਲੇਅਰਡ ਇਲੀਗਲ ਇਨ ਦਾ ਬੰਗਾਲ ਇਨ 1829 ਵਾਈਲ ਲord ਵਿਲੀਅਮ ਵੈਂਟਿੰਗ ਤਾਂ ਫਰੈਂਡਸ ਇਸ ਦੀ ਯਤਨਾ ਸਦਕਾ ਹੀ ਲord ਵਿਲੀਅਮ ਵੈਂਟਿੰਗ ਜੋ ਕੀ ਉਸ ਟਾਈਮ ਦਾ ਗਵਰਨਰ ਜਨਰਲ ਸੀ ਉਸ ਦੇ ਵੱਲੋਂ ਸਤੀ ਪ੍ਰਥਾ ਨੂੰ ਖਤਮ ਕੀਤਾ ਗਿਆ ਤਾਂ ਇਹ ਇੱਕ ਬਹੁਤ ਵੱਡਾ ਸਟੈਪ ਸੀ ਉਸ ਟਾਈਮ ਦੇ ਇੰਡੀਆ ਦੇ ਕਲਚਰ ਦੇ ਵਿੱਚ ਸਤੀ ਪ੍ਰਥਾ ਜਿਸ ਦੇ ਵਿੱਚ ਪਤੀ ਦੇ ਮਰਨ ਤੋਂ ਬਾਅਦ ਉਸ ਦੀ ਜੋ ਵਾਈਫ ਹੁੰਦੀ ਸੀ ਉਸ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀਗਾ ਤਾਂ ਇਸ ਤਰ੍ਹਾਂ ਦੀ ਪ੍ਰਥਾ ਜੋ ਖਤਮ ਕਰਵਾਈ ਸੀਗੀ ਰਾਜਾ ਰਾਮ 모ਹਨ ਰਾਇ ਨੇ ਤਾਂ ਇਸ ਤਰੀਕੇ ਦੇ ਨਾਲ ਉਹ ਇੱਕ ਚੀਫ ਐਡਵੋਕੇਟ ਵੀ ਸੀਗੇ ਮਾਡਰਨ ਪ੍ਰੋਸੈਸ ਆਫ এডਿਕੇਸ਼ਨ ਦੇ ਐਂਡ ਸਾਇੰਟੀਫੀਕਲ ਲਰਨਿੰਗ ਤਾਂ ਫਰੈਂਡਸ ਉਹਨਾਂ ਦਾ ਜੋ ਕਾਫੀ ਯੋਗਦਾਨ ਹੋਣ ਕਰਕੇ ਹੀ ਉਸ ਨੂੰ ਜੋ ਉਸ ਨੂੰ ਮੇਕਰ ਆਫ ਮਾਡਰਨ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਬ੍ਰਹਮੋ ਸਮਾਜ ਦੀ ਸਟੈਬਲਿਸ਼ਮੈਂਟ ਰਾਜਾ ਰਾਮ MOHAN ROY ਵੱਲੋਂ ਕੀਤੀ ਗਈ ਸਹੀ ਕੁਐਸਚਨ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਸੀ ਹੋਵੇਗਾ ਤਾਂ ਅਦਰ ਫੈਕਟ ਹੈ ਫਰੈਂਡ ਉਹ ਵੀ ਤੁਸੀਂ ਯਾਦ ਰੱਖ ਲੈਣੇ ਆ ਇੱਕ ਤਾਂ ਬ੍ਰਹਮੋ ਸਮਾਜ ਦੀ ਸਟੈਬਲਿਸ਼ਮੈਂਟ ਕਿਸ ਨੇ ਕੀਤੀ ਸੀ ਐਂਡ ਇੱਕ ਜੋ ਸਤੀ ਪ੍ਰਥਾ ਖਤਮ ਕੀਤੀ ਸੀ ਉਹ ਲਾਰਡ ਵਿਲੀਅਮ ਵੈਂਟਿੰਗ ਨੇ ਤਾਂ ਲਾਰਡ ਵਿਲੀਅਮ ਵੈਂਟਿੰਗ ਨੇ ਵੀ ਜੋ ਹੈ ਰਾਜਾ ਰਾਮ MOHAN ROY ਦੇ ਪਰਸਿਸਟੈਂਟ ਕੈਂਪੇਨ ਕਰਕੇ ਹੀ ਇਹ ਸਟੈਪ ਚੱਕਿਆ ਸੀ ਤਾ ਆਉ ਦੇਖਦੇ ਆਂ ਕੁਛਕ ਹੋਰ ਸਟੈਬਲਿਸ਼ਮੈਂਟਸ ਜੋ ਕੀਤੀਆਂ ਗਈਆਂ ਸੀ ਇੰਪੋਰਟੈਂਟ ਤਾਂ ਫਰੈਂਡਸ ਕੋਈ ਮੂਵਮੈਂਟ ਜੋ ਉਸ ਟਾਈਮ ਤੇ ਚਲਾਈ ਗਈਆਂ ਕਿਉਂਕਿ ਉਸ ਟਾਈਮ ਤੇ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਖਾਮੀਆਂ ਸੀ ਜਾਂ ਕੁਛਕ ਬੈਡ ਜੋ ਪਰੰਪਰਾਵਾਂ ਚੱਲ ਰਹੀਆਂ ਸੀ ਤਾਂ ਉਹਨਾਂ ਨੂੰ ਖਤਮ ਕਰਨ ਦੇ ਲਈ ਟਾਈਮ ਟੂ ਟਾਈਮ ਮੂਵਮੈਂਟਸ ਨੇ ਨਹੀਂ ਸਟਾਰਟ ਹੋਈਆਂ ਐਂਡ ਉਹਨਾਂ ਦੇ ਫਾਊਂਡਰ ਜੋ ਤੁਸੀਂ ਯਾਦ ਕਰ ਲੈਣੇ ਆ ਤਾਂ ਫਰੈਂਡਸ ਇਹਨਾਂ ਨੂੰ ਜਸਟ ਇੱਕ ਵਾਰੀ ਰੀਡਿੰਗ ਦੇ ਲੈਣੀ ਹੈ ਤਾਂ ਕਈ ਵਾਰੀ ਕੁਐਸਚਨਸ ਦੇ ਵਿੱਚੋਂ ਆਣੀ ਜਾਂਦਾ ਜਿਸ ਤਰ੍ਹਾਂ ਸਰਵੈਂਟਸ ਆਫ ਇੰਡੀਅਨ ਸੁਸਾਇਟੀ ਜੋ ਇਹ ਮੂਵਮੈਂਟ ਹੈ ਉਹ ਗੋਪਾਲ ਕ੍ਰਿਸ਼ਨ ਗੋਖਲੇ ਵੱਲੋਂ ਚਲਾਈ ਗਈ ਸੀ ਐਂਡ ਸਰਵੈਂਟਸ ਆਫ ਪੀਪਲ ਸੁਸਾਇਟੀ ਗੜ ਲਾਈ ਪਤਰਾਏ ਵੱਲੋਂ ਇਹ ਮੂਵਮੈਂਟ ਚਲਾਈ ਗਈ ਸੀ ਇਸੇ ਤਰੀਕੇ ਨਾਲ ਹੀ ਜੋ ਨਰਮਦਾ ਬਚਾਓ ਮੂਵਮੈਂਟ ਹੈ ਨਰਮਦਾ ਰਿਵਰ ਤੇ ਤਾਂ ਇਹ ਮੇਦਾ ਪਾਟਕਰ ਵੱਲੋਂ ਚਲਾਈ ਗਈ ਸੀ ਸੁਪਰ 30 ਜੋ ਕਿ ਚਿਲਡਰਨਸ ਨੂੰ ਐਜੂਕੇਟ ਕਰਨ ਦੀ ਗੱਲ ਸੀ ਤਾਂ ਇਹ ਅਨੰਦ ਕੁਮਾਰ ਵੱਲੋਂ ਚਲਾਈ ਗਈ ਸੀ ਜਿਸ ਦੀ ਇੱਕ ਹੁਣੀ ਲੇਟੈਸਟ ਮੂਵੀ ਬਣੀ ਹੈ ਤਾਂ ਫਰੈਂਡਸ ਇਹ ਸਾਰੀਆਂ ਕੁਸ਼ਕ ਮੂਵਮੈਂਟਸ ਹਨ ਜੋ ਤੁਸੀਂ ਯਾਦ ਕਰ ਲੈਣੀਆਂ ਜਿਸ ਤਰ੍ਹਾਂ ਆਰਈਐਸ ਸਮਾਜ ਜੋ ਹੈ ਇਹ ਧਿਆਨ ਅਨੰਤ ਸਰਸਵਤੀ ਜੀ ਵੱਲੋਂ ਚਲਾਈ ਗਈ ਸੀ ਐਂਡ ਬ੍ਰਹਮੋ ਸਮਾਜ ਜਿਹੜਾ ਅਸੀਂ ਦੇਖ ਹੀ ਚੁੱਕੇ ਹਾਂ ਜੋ ਕਿ ਰਾਜਾ ਰਾਮਮਨ ਵੱਲੋਂ ਚਲਾਈ ਗਈ ਸੀ ਤਾਂ ਆਓ ਦੇਖਦੇ ਹਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਦ ਫਰਸਟ ਲੇਡੀ ਆਫ ਇੰਡੀਅਨ ਸਕਰੀਨ ਟੂ ਹੈਵ ਬੀਨ ਨੋਮੀਨੇਟਡ ਟੂ ਦਾ ਰਾਜ ਸਭਾ ਇਜ਼ਨ ਤਾਂ ਫਰੈਂਡਸ ਫਰਸਟ ਲੇਡੀ ਇੰਡੀਅਨ ਸਕਰੀਨ ਤੋਂ ਕੌਣ ਸੀ ਜੋ ਕਿ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤੀ ਗਈ ਸੀ ਤਾਂ ਫਰੈਂਡਸ ਇਹ ਤੁਹਾਨੂੰ ਦੱਸ ਦਈਏ ਕਿ 12 ਮੈਂਬਰ ਪ੍ਰੈਜ਼ੀਡੈਂਟ ਨੋਮੀਨੇਟ ਕਰ ਸਕਦਾ ਹੈ ਰਾਜ ਸਭਾ ਦੇ ਵਿੱਚ ਜਿਸ ਨੂੰ ਕਿਸੇ ਸਪੈਸ਼ਲ ਆਰਟ ਜਾਂ ਸਾਇੰਸ ਦੇ ਵਿੱਚ ਐਕਸਪੀਰੀਐਂਸਡ ਹੁੰਦਾ ਹੈ ਤਾਂ ਫਰੈਂਡਸ ਇਹ ਜੋ ਉਹ ਲੇਡੀ ਸੀ ਤਾਂ ਇਸ ਦਾ ਨਾਮ ਸੀ ਨਰਗੀਸ だっ ਤਾਂ ਇਹ ਇਸ ਦਾ ਰਾਈਟ ਆਨਸਰ ਹੋਵੇਗਾ ਤਾਂ ਨਰਗੀਸ ਦੇ ਨਾਂ ਦੇ ਫ੍ਰੈਂਡਸ ਪੋਸਟਲ ਸਟੈਂਪ ਜੋ 100 ਪੈਸੇ ਦੀ ਵੀ ਸਟੈਬਲਿਸ਼ ਕੀਤੀ ਗਈ ਹੈ ਇੰਡੀਅਨ ਗਵਰਨਮੈਂਟ ਵੱਲੋਂ ਤਾਂ ਜੋ ਰਾਜ ਸਭਾ ਦਾ ਮੈਂਬਰੀ ਨੋਮੀਨੇਟ ਕੀਤੀ ਗਈ ਸੀ 1980 ਦੇ ਵਿੱਚ ਇਹ ਨੋਮੀਨੇਟ ਕੀਤੀ ਗਈ ਸੀ ਤਾਂ ਇਸ ਤਰੀਕੇ ਨਾਲ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਇਹ ਹੋਵੇਗਾ ਤਾਂ ਫ੍ਰੈਂਡਸ ਪਾਰਲੀਮੈਂਟ ਆਫ ਇੰਡੀਆ ਬਾਰੇ ਦੇਖੀਏ ਤਾਂ ਪਾਰਲੀਮੈਂਟ ਆਫ ਇੰਡੀਆ 3 ਪਾਰਟਸ ਤੋਂ ਮਿਲ ਕੇ ਬਣਦੀ ਹੈ ਪ੍ਰੈਜ਼ੀਡੈਂਟ ਲੋਕ ਸਭਾ ਐਂਡ ਰਾਜ ਸਭਾ ਮੀਨਸ ਇਹਨਾਂ ਤਿੰਨੇ ਪਿਲਰਸ ਨੂੰ ਮਿਲਾ ਕੇ ਹੀ ਪਾਰਲੀਮੈਂਟ ਬੋਲਿਆ ਜਾਵੇਗਾ ਇਹ ਕੁਐਸਚਨ ਵੀ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਉਂਦਾ ਪਾਰਲੀਮੈਂਟ ਕਨਸਿਸਟ ਪ੍ਰੈਜ਼ੀਡੈਂਟ ਲੋਕ ਸਭਾ ਐਂਡ ਰਾਜ ਸਭਾ ਤਾਂ ਰਾਜ ਸਭਾ ਦੇ ਮੈਂਬਰ ਦੀ ਨੋਮੀਨੇਸ਼ਨ ਗੱਲ ਦੀ ਗੱਲ ਹੋ ਰਹੀ ਹੈ ਤਾਂ ਫਰੈਂਡਸ ਆਪਾਂ ਦੇਖ ਲੈਣੇ ਆ ਮੈਕਸਿਮਮ ਸੀਟਸ ਜੋ ਹੁੰਦੀਆਂ ਰਾਜ ਸਭਾ ਦੇ ਵਿੱਚ ਉਹ 250 ਹੁੰਦੀਆਂ ਆ ਵਟ ਐਡ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ 245 ਐਡ ਪ੍ਰੈਜ਼ੈਂਟ ਸੀਟਸ ਹਨ ਜਿਸ ਦੇ ਵਿੱਚੋਂ 238 ਮੈਂਬਰ ਜੋ ਆਪਾਂ ਐਮਐਲ ਇਲੈਕਟ ਕਰਦੇ ਆਂ ਸਟੇਟ ਦੇ ਵਿੱਚ ਜਾਂ ਐਮਐਲ ਐਐਮਐਲਸੀ ਮੈਂਬਰ ਆਫ ਲੈਜਲੇਟਿਵ ਕੌਂਸਲ ਉਹਨਾਂ ਵੱਲੋਂ ਇਲੈਕਟ ਕੀਤੇ ਜਾਂਦੇ ਆਂ ਐਂਡ 12 ਮੈਂਬਰ ਜੋ ਹਨ ਫਰੈਂਡਸ ਉਹ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਜਿਨ੍ਹਾਂ ਨੂੰ ਕਿਸੇ ਸਪੈਸ਼ਲ ਫੀਲਡ ਦੇ ਵਿੱਚ ਇਸ ਤਰ੍ਹਾਂ ਲਿਟਰੇਚਰ ਸਾਇੰਸ ਆਰਟ ਐਂਡ ਸੋਸ਼ਲ ਸਰਵਿਸ ਦੇ ਵਿੱਚ ਕਾਫੀ ਜ਼ਿਆਦਾ ਨੌਲੇਜ ਹੁੰਦੀ ਹੈ ਜਾਂ ਐਕਸਪੀਰੀਅੰਸ ਹੁੰਦਾ ਹੈ ਤਾਂ ਫਰੈਂਡਸ ਰਾਜ ਸਭਾ ਦੇ ਜੋ ਮੈਂਬਰ ਹਨ ਉਹ 6 ਇਅਰ ਲਈ ਇਲੈਕਟ ਕੀਤੇ ਜਾਂਦੇ ਹਨ ਐਂਡ 1/3 ਮੈਂਬਰ ਜੋ ਹਨ ਉਹ ਐਵਰੀ 2 ਇਅਰ ਬਾਅਦ ਰਿਟਾਇਰ ਹੋ ਜਾਂਦੇ ਆ ਤਾਂ ਇਸੇ ਕਰਕੇ ਇਸ ਨੂੰ ਪਰਮਨੈਂਟ ਹਾਊਸ ਵੀ ਬੋਲਿਆ ਜਾਂਦਾ ਹੈ ਕਿਉਂਕਿ ਕਦੇ ਵੀ ਡਾਇਸਆਲਵ ਨਹੀਂ ਹੁੰਦਾ ਅਗਰ 2 ਇਅਰ ਬਾਅਦ 1/3 ਮੈਂਬਰ ਰਿਟਾਇਰ ਹੋ ਜਾਂਦੇ ਹਨ ਤਾਂ ਨਾਲ ਦੀ ਨਾਲ ਹੀ ਨਵੇਂ ਵੀ ਅਪਾਇੰਟਮੈਂਟ ਉਹਨਾਂ ਦੀ ਕਰ ਦਿੱਤੀ ਜਾਂਦੀ ਹੈ ਤਾਂ ਫਰੈਂਡਸ ਇਸ ਨੂੰ ਅਪਰ ਹਾਊਸ ਐਂਡ ਕੌਂਸਲ ਆਫ ਸਟੇਟਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਿਫੋਰ 90 54 ਤੋਂ ਇਸ ਨੂੰ ਇਹਨਾਂ ਦੋਨੇ ਨਾਵਾਂ ਨਾਲ ਹੀ ਜਾਣਿਆ ਜਾਂਦਾ ਸੀ ਬਾਅਦ ਵਿੱਚ ਇਸ ਦਾ ਨਾਮ ਚੇਂਜ ਕਰਕੇ 9054 ਤੋਂ ਬਾਅਦ ਰਾਜ ਸਭਾ ਰੱਖ ਦਿੱਤਾ ਗਿਆ ਤਾਂ ਫਰੈਂਡਸ ਏਸੀ ਰਾਜ ਸਭਾ ਇਸੇ ਤਰ੍ਹਾਂ ਲੋਕ ਸਭਾ ਦੇਖ ਲੈਣੇ ਆ ਲੋਕ ਸਭਾ ਦੇ ਵਿੱਚ ਮੈਕਸਿਮਮ ਸੀਟਸ ਦੀ ਜੋ ਗਿਣਤੀ ਹੈ 552 ਹੈ ਐਂਡ ਐਟ ਪ੍ਰੈਜ਼ੈਂਟ 545 ਸੀਟਸ ਹਨ ਇਸਦੇ ਜੋ ਮੈਂਬਰ ਹਨ ਫਰੈਂਡਸ ਉਹ ਇਲੈਕਟ ਕੀਤੇ ਜਾਂਦੇ ਆ 5 ਇਅਰ ਲਈ ਐਂਡ 530 ਮੈਂਬਰ ਜੋ ਹਨ ਉਹ ਆਪਾਂ ਡਾਇਰੈਕਟ ਨੋਮਿਨੇਟ ਡਾਇਰੈਕਟ ਇਲੈਕਟ ਕਰਦੇ ਆ ਜੋ ਐਮਪੀ ਦੀਆਂ ਇਲੈਕਸ਼ਨ ਹੁੰਦੀਆਂ ਐਂਡ 20 ਮੈਂਬਰ ਜਿਹੜੇ ਉਹ ਯੂਟੀਜ਼ ਤੋਂ ਇਲੈਕਟ ਕੀਤੇ ਜਾਂਦੇ ਆ ਐਂਡ 2 ਮੈਂਬਰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਐਂਗਲੋ ਇੰਡੀਅਨ ਐਂਗਲੋ-ਇੰਡੀਅਨ ਫ੍ਰੈਂਡਸ ਉਹ ਹੁੰਦੇ ਹਨ ਜਿਨ੍ਹਾਂ ਦਾ ਮਦਰ ਜਾਂ ਮਦਰ ਜਾਂ ਫਾਦਰ ਦੇ ਵਿੱਚੋਂ ਇੱਕ ਫਾਰਨਰ ਹੋਵੇ ਤਾਂ ਉਹਨਾਂ ਦਾ ਜੋ ਸੰਨ ਹੋਵੇਗਾ ਉਸ ਨੂੰ ਐਂਗਲੋ-ਇੰਡੀਅਨ ਆਖਿਆ ਜਾਵੇਗਾ ਤਾਂ ਇਸ ਤਰ੍ਹਾਂ ਦੇ ਦੋ ਮੈਂਬਰ ਹੈ ਜੋ ਪ੍ਰੈਜ਼ੀਡੈਂਟ ਨਾਮਿਨੇਟ ਕਰਦਾ ਹੈ ਲੋਕ ਸਭਾ ਦੇ ਵਿੱਚ ਅਗਰ ਸੀਟਸ ਦੀ ਗੱਲ ਕਰੀਏ ਫ੍ਰੈਂਡਸ ਤਾਂ ਮੈਕਸਿਮਮ ਸੀਟਸ ਯੂਪ ਦੇ ਹਨ ਲੋਕ ਸਭਾ ਦੇ ਵਿੱਚ 80 ਨੰਬਰ 2 ਤੇ ਮਹਾਰਾਸ਼ਟਰ ਐਂਡ ਵੈਸਟ ਬੰਗਾਲ ਬਿਹਾਰ ਐਂਡ ਪੰਜਾਬ ਦੇ ਹਨ ਜੋ 13 ਸੀਟਸ ਲੋਕ ਸਭਾ ਦੇ ਵਿੱਚ ਰਿਜ਼ਰਵ ਹਨ ਮੀਨਸ ਪੰਜਾਬ ਤੋਂ 13 ਐਮਪੀ ਜੋ ਹਨ ਇਲੈਕਟ ਹੋ ਕੇ ਲੋਕ ਸਭਾ ਦੇ ਵਿੱਚ ਜਾਂਦੇ ਹਨ ਅਗਰ ਰਾਜ ਸਭਾ ਦੀ ਗੱਲ ਕਰੀਏ ਤਾਂ 7 ਮੈਂਬਰ ਜੋ ਹਨ ਪੰਜਾਬ ਦੇ ਰਾਜ ਸਭਾ ਦੇ ਵਿੱਚ 7 ਮੈਂਬਰਾਂ ਦੀਆਂ ਸੀਟਸ ਪਿਆ ਲਈ ਰਿਜ਼ਰਵ ਹਨ ਤਾਂ ਇਸ ਤਰ੍ਹਾਂ 20 ਐਮਪੀ ਜੋ ਹਨ ਮੈਂਬਰ ਆ ਪਾਰਲੀਮੈਂਟ ਪੰਜਾਬ ਤੋਂ ਬਿਲੋਂਗ ਕਰਦੇ ਆ ਤਾਂ ਫਰੈਂਡਸ ਇਹ ਕੁਝ ਐਕਸਟਰਾ ਇਨਫੋਰਮੇਸ਼ਨ ਸੀ ਜੋ ਤੁਸੀਂ ਦੇਖ ਲੈਣੀ ਆ ਆਓ ਦੇਖਦੇ ਆ ਨੈਕਸਟ ਕੁਐਸਚਨ ਕਵੈਸਚਨ ਹੈ ਦਾ ਨਾਈਟ ਬਲਾਈਂਡਨੈਸ ਕੈਨ ਬੀ ਕਰੈਕਟਡ ਬਾਈ ਇਨਟੇਕ ਆਫ ਨਾਈਟ ਬਲਾਈਂਡਨੈਸ ਐਂਡ ਜਿਸ ਨੂੰ ਅੰਧਰਾਤਾ ਵੀ ਆਖ ਦਿੰਦੇ ਆ ਜਿਸ ਦੇ ਵਿੱਚ ਕਿਸੇ ਵੀ ਪਰਸਨ ਨੂੰ ਦਿਖਣੋਂ ਹਟ ਜਾਂਦਾ ਬਹੁਤ ਘੱਟ ਦੇਖਦਾ ਉਸਨੂੰ ਤਾਂ ਇਸ ਨੂੰ ਕਰੈਕਟ ਕੀਤਾ ਜਾਂਦਾ ਬਾਈ ਇਨਟੇਕ ਆਫ ਵਿਟਾਮਿਨ ਏ ਵਿਟਾਮਿਨ ਏ ਯੂ ਹੈ ਫਰੈਂਡਸ ਇਸ ਨੂੰ ਆਈਜ਼ ਲਈ ਕਾਫੀ ਅੱਛਾ ਮੰਨਿਆ ਜਾਂਦਾ ਹੈ ਤਾ ਆਪਾਂ ਸਾਰੇ ਵਿਟਾਮਿਨ ਜੋ ਹਨ ਦੇਖ ਲੈਣੇ ਆ ਤਾਂ ਫਰੈਂਡਸ ਵਿਟਾਮਿਨ ਦੀ ਗੱਲ ਕਰੀਏ ਤਾਂ ਇਹ ਡਿਸਕਵਰ ਕੀਤੇ ਗਏ ਸੀ ਹੌਪਕਿੰਸ ਦੁਆਰਾ ਐਂਡ ਇਸ ਦਾ ਜੋ ਨੇਮ ਹੈ ਵਿਟਾਮਿਨ A ਗਿਵਨ ਕੀਤਾ ਸੀਗਾ ਵਾਈ ਫੰਕ ਤਾਂ ਇਹ ਦੋਨੇ ਕੁਐਸਚਨ ਜੋ ਵੈਰੀ ਵੈਰੀ ਇੰਪੋਰਟੈਂਟ ਹਨ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਹੌਪਕਿੰਨ ਵੱਲੋਂ ਵਿਟਾਮਿਨ ਨੂੰ ਡਿਸਕਵਰ ਕੀਤਾ ਗਿਆ ਸੀ ਐਂਡ ਫੰਕ ਵੱਲੋਂ ਇਹ ਜੋ ਨੇਮ ਹੈ ਵਿਟਾਮਿਨ ਇਸ ਨੂੰ ਦਿੱਤਾ ਗਿਆ ਸੀ ਤਾਂ ਫਰੈਂਡਸ ਇਸ ਤੋਂ ਇਲਾਵਾ ਜੋ ਵਿਟਾਮਿਨ ਹੁੰਦੇ ਹਨ ਵੱਲੋਂ ਕੋਈ ਵੀ ਕੈਲਰੀ ਜਿਹੜੀਆਂ ਉਹ ਬਾਡੀ ਨੂੰ ਨਹੀਂ ਦਿੱਤੇ ਜਾਂਦੀਆਂ ਇਹ ਸਿਰਫ ਜਸਟ ਮਿਨਰਲ ਹੁੰਦੇ ਆ ਜੋ ਆਪਣੀ ਬਾਡੀ ਨੂੰ ਚਲਾਉਣ ਦੇ ਲਈ ਜ਼ਰੂਰੀ ਹੁੰਦੇ ਆ ਇਸ ਤੋਂ ਇਲਾਵਾ ਇੱਕ ਕੁਐਸਚਨ ਇਹ ਬਣਦਾ ਹੈ ਕਿ ਕਿਹੜਾ ਵਿਟਾਮਿਨ ਫੈਟ ਸੋਲੀਬਲ ਹੈ ਐਂਡ ਕਿਹੜਾ ਵਾਟਰ ਸੋਲੀਬਲ ਹੈ ਤਾਂ ਫਰੈਂਡਸ ਤੁਹਾਨੂੰ ਦੱਸ ਦਈਏ ਕਿ ਏ ਡੀ ਈ ਕੇ ਤਾਂ ਜਿਸ ਨੂੰ ਅਸੀਂ ਕੀ ਕੇ ਈ ਡੀ ਦੇ ਨਾਮ ਨਾਲ ਮੀਨਸ ਪੰਜਾਬੀ ਦੇ ਵਿੱਚ ਇਸ ਨੂੰ ਕੀੜਾ ਵੀ ਆਪਾਂ ਆਖ ਸਕਦੇ ਆ ਇਸ ਦੇ ਨਾਮ ਇਸ ਤਰੀਕੇ ਨਾਲ ਇਸ ਨੂੰ ਯਾਦ ਰੱਖ ਸਕਦੇ ਹੋ ਤਾਂ ਇਹ ਸੋ ਇਹ ਜੋ ਸਾਰੇ ਵਿਟਾਮਿਨ ਹੋਣਗੇ ਫੈਟ ਸੋਲਿਊਬਲ ਹੋਣਗੇ ਐਂਡ ਇਸ ਤੋਂ ਇਲਾਵਾ ਐਂਡ ਜੋ ਬਚੇ ਆਪਣੇ ਕੋਲੇ ਵਿਟਾਮਿਨ ਬੀ ਐਂਡ ਸੀ ਉਹ ਵਾਟਰ ਸੋਲਿਊਬਲ ਹੋਣਗੇ ਤਾਂ ਇਸ ਤਰੀਕੇ ਨਾਲ ਫਰੈਂਡ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਉਂਦਾ ਹੈ ਕਿਹੜਾ ਵਿਟਾਮਿਨ ਇਹਨਾਂ ਚ ਫੈਟ ਸੋਲਿਊਬਲ ਆ ਤਾਂ ਫੋਰ ਆਪਸ਼ਨ ਇਹਨਾਂ ਦੇ ਵਿੱਚੋਂ ਪਾ ਪਾ ਦਿੱਤੀ ਜਾਂਦੀਆਂ ਤਾਂ ਫਰੈਂਡ ਤੁਸੀਂ ਕੀੜਾ ਦੇ ਨਾਮ ਤੇ ਇਸ ਨੂੰ ਯਾਦ ਰੱਖ ਸਕਦੇ ਹੋ ਕੇ ਈ ਡੀ ਏ ਜੋ ਹਨ ਇਹ ਫੈਟ ਸੋਲਿਊਬਲ ਹੋਣਗੇ ਐਂਡ ਇਸ ਤੋਂ ਇਲਾਵਾ ਜੋ ਵੀ ਹੋਣਗੇ ਉਹ ਵਾਟਰ ਸੋਲਿਊਬਲ ਹੋਣਗੇ ਤਾਂ ਆਓ ਕੁਝ ਕੁ ਹੋਰ ਫੈਕਟਸ ਦੇਖ ਲੈਣੇ ਆ ਤਾਂ ਫਰੈਂਡਸ ਵਿਟਾਮਿਨਸ ਦੇ ਕੈਮੀਕਲ ਨੇਮ ਜੋ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਇਹ ਤੁਸੀਂ ਸਾਰੇ ਯਾਦ ਕਰ ਲੈਣੇ ਆ ਇਸ ਤੋਂ ਇਲਾਵਾ ਡਿਸੀਜ਼ ਡਿਊ ਟੂ ਡੈਫੀਸ਼ੈਂਸੀ ਮੀਨਸ ਅਗਰ ਵਿਟਾਮਿਨਸ ਦੀ ਕਮੀ ਹੋ ਜਾਵੇ ਤਾਂ ਕਿਹੜੀ ਬਿਮਾਰੀ ਹੋ ਜਾਂਦੀ ਹੈ ਇਹ ਵੀ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਮੰਨਦਾ ਹੈ ਤਾਂ ਫਰੈਂਡਸ ਵਿਟਾਮਿਨ A ਦੀ ਗੱਲ ਕਰੀਏ ਤਾਂ ਇਸ ਦਾ ਕੈਮੀਨਲ ਕੈਮੀਕਲ ਜੋ ਨੇਮ ਹੈ ਉਹ ਹੈ ਰੈਟਿਨੋਲ ਐਂਡ ਇਸ ਦੇ ਕਰਕੇ ਨਾਈਟ ਬਲਾਈਂਡਨੈਸ ਦਾ ਜੋ ਡਿਸੀਜ਼ ਹੋ ਜਾਂਦੀ ਹੈ ਐਂਡ ਵਿਟਾਮਿਨ D ਦੀ ਗੱਲ ਕਰੀਏ ਤਾ ਇਸ ਨੂੰ ਜੋ ਹਾਰਮੋਨ ਵੀ ਕਹਾਇਆ ਜਾਂਦਾ ਹੈ ਐਂਡ ਇਸ ਦੇ ਨਾਲ ਜੋ ਹੈ ਬਨਾਣਾ ਸੋਰੀ ਬਨਾਣਾ ਨਹੀਂ ਇਥੇ ਆਵੇਗਾ ਰਿਕਟਸ ਹੋ ਜਾਂਦਾ ਹੈ ਜੋ ਕਿ ਚਿਲड्रन ਦੇ ਵਿੱਚ ਹੁੰਦਾ ਹੈ ਐਂਡ ਆਸਟੋਮੈਲਸ਼ੀਆ ਜੋ ਕਿ ਅਡਲਟ ਦੇ ਵਿੱਚ ਹੁੰਦਾ ਹੈ ਇਹ ਫਰੈਂਡਸ ਦੋਨੋਂ ਜੋ ਹੈ ਜੋ ਹੈ ਹੱਡੀਆਂ ਦੀਆਂ ਬਿਮਾਰੀਆਂ ਦੋਨੇ ਰਿਕਟਸ ਜੋ ਹੈ ਚਿਲड्रन ਦੇ ਵਿੱਚ ਹੁੰਦਾ ਹੈ ਐਂਡ ਆਸਟੋਮੈਲਸ਼ੀਆ ਜੋ ਹੈ ਉਹ ਅਡਲਟ ਦੇ ਵਿੱਚ ਹੁੰਦਾ ਹੈ ਐਂਡ ਫਰੈਂਡਸ ਇੱਕ ਤੁਹਾਨੂੰ ਹੋਰ ਦੱਸਦੀ ਹਾਂ ਜੋ ਵਿਟਾਮਿਨ ਡੀ ਹੈ ਉਹ ਆਲਰੇਡੀ ਆਪਣੀ ਸਕਿਨ ਦੇ ਵਿੱਚ ਹੁੰਦਾ ਜੋ ਕਿ ਸਨ ਦੀਆਂ ਰੇਜ਼ ਦੇ ਨਾਲ ਐਕਟੀਵੇਟ ਹੁੰਦਾ ਹੈ ਤਾਂ ਇਸ ਤਰੀਕੇ ਦੇ ਨਾਲ ਜੋ ਵਿਟਾਮਿਨ ਈ ਹੈ ਉਸ ਨੂੰ ਬਿਊਟੀ ਵਿਟਾਮਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੋ ਕਿ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆ ਚੁੱਕਿਆ ਸਿਮਿਲਰਲੀ ਫਰੈਂਡਸ ਜੋ ਵਿਟਾਮਿਨ ਬੀ 2 ਹੈ ਇਸ ਨੂੰ yellow ਵਿਟਾਮਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹ ਵੀ ਤੁਸੀਂ ਯਾਦ ਰੱਖ ਲੈਣਾ ਜਿਸ ਦਾ ਕੈਮੀਕਲ ਨੇਮ ਹੈ ਰਿਵੋਫਲੇਵਿਨ ਤਾਂ ਇਸ ਦੀ ਅਗਰ ਕਮੀ ਹੋ ਜਾਂਦੀ ਹੈ ਤਾਂ ਇਸ ਦੇ ਨਾਲ ਬਲਿਸਟਰਸ ਹੋ ਜਾਂਦੇ ਆ ਲਿਪਸ ਦੇ ਉੱਤੇ ਮੀਨਸ ਛਾਲੇ ਪੈਣੇ ਸਟਾਰਟ ਹੋ ਜਾਂਦੇ ਆ ਲਿਪਸ ਐਂਡ ਟੰਗ ਦੇ ਉੱਤੇ ਵਿਟਾਮਿਨ ਬੀ ਬਾਂਦੀ ਗੱਲ ਕਰੀਏ ਤਾਂ ਇਸ ਦੇ ਨਾਲ ਡੇਰੀ ਡੇਰੀ ਜੋ ਹੈ ਡਿਸੀਜ਼ ਹੋ ਜਾਂਦੀ ਹੈ ਐਂਡ ਇਸ ਦਾ ਜੋ ਕੈਮੀਕਲ ਨੇਮ ਹੈ ਉਹ ਹੈ ਥਾਇਮਾਈਨ ਤਾਂ ਇਸ ਤਰੀਕੇ ਨਾਲ ਫਰੈਂਡ ਤੁਸੀਂ ਸਾਰੇ ਵਿਟਾਮਿਨ ਜੋ ਹਨ ਉਹ ਯਾਦ ਕਰ ਲੈਣੇ ਆਂਡ ਇੱਕ ਹੋਰ ਜੋ ਮੋਸਟ ਇੰਪੋਰਟੈਂਟ ਫੈਕਟਰ ਜੋ ਹੈ ਉਹ ਹੈ ਵਿਟਾਮਿਨ ਬੀ 12 ਜਿਸ ਨੂੰ ਬਲੂ ਵਿਟਾਮਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਇਸ ਤੋਂ ਇਲਾਵਾ ਫਰੈਂਡਸ ਜੋ ਇਸ ਦੇ ਜਿੰਨੇ ਵੀ ਕੈਮੀਕਲ ਨੇਮ ਐਂਡ ਡਿਸੀਜ਼ ਸਾਨੂੰ ਸਾਰੇ ਯਾਦ ਕਰ ਲੈਣੀਆਂ ਐ ਐਂਡ ਜੋ ਵਿਟਾਮਿਨ ਸੀ ਹੈ ਫਰੈਂਡਸ ਇਸ ਦੇ ਕੁਝ ਕੁ ਫੈਕਟਸ ਹਨ ਯੂ ਸੀ ਯਾਦ ਰੱਖਣੇ ਹਨ ਇਹ ਸਾਰੇ ਜੋ ਫੈਕਟ ਹਨ ਇਹ ਵਿਟਾਮਿਨ ਸੀ ਨਾਲ ਰਿਲੇਟਡ ਹਨ ਤਾਂ ਇਸ ਦੇ ਜੋ ਫੈਕਟ ਹਨ ਇਹ ਇੱਕ ਹੀਟ ਸੈਂਸਿਟਿਵ ਵਿਟਾਮਿਨ ਹੈ ਡਿਸਟਰੋਇਡ ਡਿਊ ਟੂ ਐਕਸੈਸ ਕੁਕਿੰਗ ਐਂਡ ਵੈਜੀਟੇਬਲ ਜੋ ਹੁੰਦੀਆਂ ਫਰੈਂਡ ਜਦੋਂ ਉਹਨਾਂ ਨੂੰ ਲੋੜ ਤੋਂ ਵੱਧ ਕੁਕ ਕੀਤਾ ਜਾਂਦਾ ਹੈ ਤਾਂ ਇਹ ਡਿਸਟਰਾਏ ਹੋ ਜਾਂਦਾ ਹੈ ਇਸ ਨੂੰ ਐਂਟੀ ਆਕਾਰ ਸੀ ਨੂੰ ਯਾਨਿਕ ਵਿਟਾਮਿਨ ਡੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਐਂਡ ਐਂਟੀਆਕਸਾਈਡ ਵਿਟਾਮਿਨ ਡੇ ਆਕਸੀਡੈਂਟ ਵਿਟਾਮਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਕ ਵਾਉਂਡ ਹੀਲਿੰਗ ਵਾਉਂਡ ਹੀਲਿੰਗ ਵਿਟਾਮਿਨ ਵੀ ਹੈ ਤਾਂ ਫਰੈਂਡਸ ਵਿਟਾਮਿਨ ਬੀ ਵਿਟਾਮਿਨ ਬੀ ਜੋ ਹੈ ਉਹ ਡਿਸਟਰਾਏ ਹੋ ਜਾਂਦਾ ਆਫਟਰ ਵਾਸ਼ਿੰਗ ਚੌਪਡ ਵੈਜੀਟੇਬਲਸ ਏ ਜੋ ਸੀ ਜੋ ਵਿਟਾਮਿਨ ਸੀ ਦੇ ਫੈਕਟਰ ਸੀ ਇਸ ਤੋਂ ਇਲਾਵਾ ਇੱਕ ਹੋਰ ਮੋਸਟ ਇੰਪੋਰਟੈਂਟ ਇਫੈਕਟ ਜੋ ਹੈ ਉਹ ਹੈ ਕਿ ਵਿਟਾਮਿਨ ਬੀ ਜਦੋਂ ਆਪਾਂ ਚੌਪਡ ਵੈਜੀਟੇਬਲ ਨੂੰ واਸ਼ ਕਰਦੇ ਆ ਤਾਂ ਵਿਟਾਮਿਨ ਬੀ ਜੋ ਹੈ ਹੀ ਡਿਸਟਰਾਏ ਹੋ ਜਾਂਦਾ ਜੋ ਕਿ ਬਹੁਤ ਵਾਰੀ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਚੁੱਕਿਆ ਤਾਂ ਫਰੈਂਡਸ ਵਿਟਾਮਿਨ ਸੀ ਜੋ ਹੈ ਉਹ ਡੂ ਟੂ ਐਕਸੈਸ ਕੁਕਿੰਗ ਮੀਨਸ ਲੋਡ ਤੋਂ ਵੱਧ ਜਦੋਂ ਕੁਕਿੰਗ ਕਰਦੇ ਆ ਤਾਂ ਉਦੋਂ ਉਹ ਡਿਸਟਰਾਏ ਹੋ ਜਾਂਦਾ ਐਂਡ ਵਿਟਾਮਿਨ ਬੀ ਜੋ ਹੈ ਉਹ ਚੌਪਡ ਵੈਜੀਟੇਬਲ ਨੂੰ ਵੈਜੀਟੇਬਲਸ ਨੂੰ ਜਦੋਂ ਵਾਸ਼ ਕੀਤਾ ਜਾਂਦਾ ਉਦੋਂ ਉਹ ਡਿਸਟਰਾਏ ਹੋ ਜਾਂਦਾ ਤਾਂ ਇਹ ਕੁਝ ਕੁ ਵਿਟਾਮਿਨਸ ਦੇ ਫੈਕਟਸ ਯੂਸੀ ਸਾਰੇ ਯਾਦ ਕਰ ਲੈਣੇ ਆ ਜਿਨ੍ਹਾਂ ਦੇ ਵਿੱਚੋਂ ਹਰ ਵਾਰ ਕੁਐਸਚਨ ਐਗਜ਼ਾਮ ਦੇ ਵਿੱਚ ਬਣਦਾ ਹੀ ਬਣਦਾ ਹੈ ਤਾਂ ਆਉ ਦੇਖਦੇ ਆ ਨੈਕਸਟ ਕੁਐਸਚਨ ਕਵੈਸਚਨ ਹੈ ਇਹਦਾ ਵਾਟਰ ਸਾਈਕਲ ਟੇਕਸ ਪਲੇਸ ਇਨ ਦ ਸਫੀਅਰ ਆਫ ਐਟਮੋਸਫੀਅਰ ਤਾਂ ਫਰੈਂਡਸ ਵਾਟਰ ਸਾਈਕਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਅਰਥ ਦੇ ਉੱਪਰ ਜੋ ਵਾਟਰ ਹੁੰਦਾ ਉਹ ਵਾਟਰ ਵੇਪਰ ਦੇ ਥਰੂ ਉੱਪਰ ਚਾ ਕੇ ਕਲਾਊਡ ਦੀ ਫਾਰਮ ਦੇ ਵਿੱਚ ਬਣ ਜਾਂਦਾ ਐ ਐਂਡ ਵਰਖਾ ਦੇ ਰੂਪ ਦੇ ਫਿਰ ਵਰਖਾ ਦੇ ਰੂਪ ਦੇ ਵਿੱਚ ਦੁਬਾਰਾ ਫਿਰ ਜੋ ਅਰਥ ਦੇ ਉੱਤੇ ਹੁੰਦਾ ਤਾਂ ਇਸ ਤਰੀਕੇ ਨਾਲ ਵਾਟਰ ਸਾਈਕਲ ਜੋ ਚੱਲਦਾ ਰਹਿੰਦਾ ਐ ਜਿਸ ਤਰ੍ਹਾਂ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਆਪਣੇ ਓਸ਼ਨ ਜਾਂ ਰਿਵਰ ਦੇ ਵਿੱਚ ਜੋ ਵੀ ਵਾਟਰ ਹੁੰਦਾ ਹੈ ਉਹ ਸਨ ਦੇ ਨਾਲ ਜੋ ਹੈ ਵਾਟਰ ਵੈਪਰ ਦੀ ਫਾਰਮ ਦੇ ਵਿੱਚ ਉੱਪਰ ਚਲਾ ਜਾਂਦਾ ਹੈ ਐਂਡ ਉਸ ਤੋਂ ਬਾਅਦ ਉਸਦੇ ਕਲਾਊਡਸ ਬਣ ਜਾਂਦੇ ਆ ਕਲਾਊਡਸ ਤੋਂ ਬਾਅਦ ਫਿਰ ਜੋ ਹੈ ਵਰਖਾ ਦੇ ਥਰੂ ਉਹ ਦੁਆਰਾ ਫਿਰ ਅਰਥ ਦਿੱਤੇ ਆ ਜਾਂਦਾ ਤਾਂ ਇਸ ਤਰ੍ਹਾਂ ਜੋ ਵਾਟਰ ਸਾਈਕਲ ਚੱਲਦਾ ਰਹਿੰਦਾ ਹੈ ਤਾਂ ਇਹਨਾਂ ਵੱਲੋਂ ਜੋ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਵਾਟਰ ਸਾਈਕਲ ਜੋ ਹੈ ਉਹ ਐਟਮੋਸਫੀਅਰ ਦੀ ਕਿਹੜੀ ਲੇਅਰ ਦੇ ਵਿੱਚ ਪਲੇਸ ਕਰਦਾ ਤਾਂ ਫਰੈਂਡ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਟ੍ਰੋਪੋਸਫੀਅਰ ਕਿਉਂਕਿ ਜਿੰਨੇ ਵੀ ਵੈਦਰ ਫੀਨੋਮੈਨਲਸ ਹੁੰਦੇ ਆ ਉਹ ਸਾਰੇ ਟ੍ਰੋਪੋਸਫੀਅਰ ਦੇ ਵਿੱਚ ਹੀ ਹੁੰਦੇ ਆ ਤਾਂ ਇਸ ਤਰੀਕੇ ਨਾਲ ਆਪਾਂ ਸਾਰੀਆਂ ਲੇਅਰਸ ਦੇਖ ਲੈਣੇ ਆ ਤਾਂ ਫਰੈਂਡਸ ਆਪਣੇ ਅਰਥ ਦੇ ਉੱਪਰ ਜਦੋਂ ਸਕਾਈ ਵੱਲ ਨੂੰ ਜਾਂਦੇ ਆ ਤਾਂ ਟੋਟਲ ਲੇਅਰਸ ਆਪਾਂ ਨੂੰ ਇਸ ਤਰੀਕੇ ਨਾਲ ਦੇਖਣ ਨੂੰ ਮਿਲਦੀਆਂ ਸਭ ਤੋਂ نیچے ਜਿਸ ਤਰ੍ਹਾਂ ਉਸੇ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਅਰਥ ਹੈ ਅਰਥ ਤੋਂ ਉੱਪਰ 8 ਕਿਲੋਮੀਟਰ ਤੱਕ ਜਾਵਾਂਗੇ ਤਾਂ ਤੁਹਾਡੇ ਕੋਲ ਟ੍ਰੋਪੋਸਫੀਅਰ ਹੋਵੇਗੀ ਉਸ ਤੋਂ ਬਾਅਦ ਸਟ੍ਰੈਟੋਸਫੀਅਰ ਮੈਸੋਸਫੀਅਰ ਥਰਮੋਸਫੀਅਰ ਆਇਨੋਸਫੀਅਰ ਐਂਡ ਐਕਸੋਸਫੀਅਰ ਤਾਂ ਇਹਨੂੰ ਥੋੜਾ ਜਿਹਾ ਤਾਂ ਫਰੈਂਡਸ ਇਸ ਤਰੀਕੇ ਨਾਲ ਆਪਾਂ ਟਰੋਪੋਸਫੀਅਰ ਦੇਖ ਰਹੇ ਹਾਂ ਤਾਂ 0 ਤੋਂ 10 ਕਿਲੋਮੀਟਰ ਅਗਰ ਆਪਾਂ ਅਰਥ ਤੋਂ 10 ਕਿਲੋਮੀਟਰ ਤੱਕ ਉੱਪਰ ਨੂੰ ਜਾਈਏ ਤਾਂ ਤੁਹਾਨੂੰ ਟਰੋਪੋਸਫੀਅਰ ਦੇਖਣ ਨੂੰ ਮਿਲੇਗੀ ਮਤਲਬ ਉਹ ਜੋ ਲੇਅਰ ਹੋਵੇਗੀ ਜਾਂ এনवायरमेंट ਹੋਵੇਗਾ ਉਸ ਨੂੰ ਟਰੋਪੋਸਫੀਅਰ ਬੋਲਿਆ ਜਾਵੇਗਾ ਐਂਡ ਜਿੱਥੇ ਟਰੋਪੋਸਫੀਅਰ ਖਤਮ ਹੋ ਜਾਵੇਗਾ ਉਸ ਨੂੰ ਟਰੋਪੋਪਾਉਸ ਬੋਲਿਆ ਜਾਵੇਗਾ ਇਸ ਤੋਂ ਹੋਰ ਉੱਪਰ ਨੂੰ ਜਾਵਾਂਗੇ ਉੱਪਰ ਨੂੰ ਤਾਂ ਜੋ ਲੇਅਰ ਹੋਵੇਗੀ ਅਪ ਟੂ 50 ਕਿਲੋਮੀਟਰ ਤੱਕ ਇਸ ਨੂੰ ਸਟੈਟੋਸਫੀਅਰ ਬੋਲਿਆ ਜਾਵੇਗਾ ਐਂਡ ਜਿੱਥੇ ਇਸ ਦਾ ਐਂਡ ਹੋਵੇਗਾ ਉਸ ਨੂੰ ਸਟ੍ਰੈਟੋ ਸਿਮਿਲਰਲੀ ਅਗਰ 80 ਕਿਲੋਮੀਟਰ ਤੱਕ ਮੈਸੋਸਫੀਅਰ ਐਂਡ 400 ਕਿਲੋਮੀਟਰ ਤੱਕ ਐਕਸੋਸਫੀਅਰ ਹੋਵੇਗੀ ਤਾਂ ਫਰੈਂਡਸ ਇੰਨਾ ਸਾਰੇ ਕੁਐਸਚਨ ਦੀ ਅਗਰ ਗੱਲ ਕਰੀਏ ਤਾਂ ਜੋ ਕੁਐਸਚਨ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ ਕਿ ਕਿਹੜੀ ਲੇਅਰ ਦੇ ਵਿੱਚ ਕੀ ਐਗਜ਼ਿਸਟ ਕਰਦਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਐਰੋਪਲੇਨਸ ਕਿਹੜੀ ਲੇਅਰ ਦੇ ਵਿੱਚ ਐਗਜ਼ਿਸਟ ਕਰਦੇ ਆ ਜਾਂ ਸੈਟੇਲਾਈਟਸ ਕਿਹੜੀ ਲੇਅਰ ਦੇ ਵਿੱਚ ਹੁੰਦੀ ਆ ਜਿਸ ਤਰ੍ਹਾਂ ਕੁਐਸਚਨ ਬਣਿਆ ਸੀ ਕਿ ਵਾਟਰ ਸਾਈਕਲ ਕਿਹੜੀ ਲੇਅਰ ਦੇ ਵਿੱਚ ਐਗਜ਼ਿਸਟ ਕਰਦਾ ਹੈ ਤਾਂ ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਆ ਤਾਂ ਆਪਾਂ ਸਾਰੀਆਂ ਲੇਅਰਸ ਬਾਰੇ ਦੇਖ ਲੈਣੇ ਆ ਜਿਸ ਤਰ੍ਹਾਂ ਟ੍ਰੋਪੋਸਫੀਅਰ ਹੈ ट्रोपोसफियर लेयर फ्रेंड्स जो कि अर्थ ਤੋਂ 10 ਕਿਲੋਮੀਟਰ ਤੱਕ ਦਾ ਹੈ ਇਸ ਦੇ ਵਿੱਚ 올 वेदर ਫੀਨੋਮੀਨਾ ਮੇਨ ਜਿਨਨੇ ਵੀ ਵੈਦਰ ਨਾਲ ਰਿਲੇਟਡ ਐਕਟੀਵਿਟੀਜ਼ ਹੁੰਦੀਆਂ ਉਹ ਸਾਰੀਆਂ ਟਰੋਪੋਸਫੀਅਰ ਦੇ ਵਿੱਚ ਹੀ ਹੁੰਦੀਆਂ ਜਿਸ ਤਰ੍ਹਾਂ ਕਲਾਊਡਜ਼ ਦੀ ਫਾਰਮੇਸ਼ਨ ਹੋਗੀ ਜਾਂ ਵਾਟਰ ਸਾਈਕਲ ਹੋ ਗਿਆ ਐਂਡ ਨੇਚਰਲ ਆਰਟਿਕਲਜ਼ ਹੋਗੇ ਜਾਂ ਵਾਟਰ ਵੈਪਰਜ਼ ਹੋਗੇ ਉਹ ਸਾਰੇ ਟਰੋਪੋਸਫੀਅਰ ਦੇ ਵਿੱਚ ਹੀ ਹੁੰਦੇ ਆਂਡ ਇਸ ਤੋਂ ਉੱਪਰ ਜਦੋਂ ਸਟ੍ਰੈਟੋਸਫੀਅਰ ਦੇਖਦੇ ਆਂ ਤਾਂ ਇਹ ਥੋੜੀ ਜਿਹੀ ਡਰਾਈ ਹੁੰਦੀ ਹੈ ਇਸ ਦੇ ਵਿੱਚ ਵਾਟਰ ਵੈਪਰ ਦੀ ਥੋੜੀ ਜਿਹੀ ਕਮੀ ਹੁੰਦੀ ਹੈ ਐਂਡ ਹਾਰੀਜ਼ਨਟਲ ਵਿੰਡਸ ਇੱਥੇ ਚੱਲਦੀਆਂ ਮੀਨਸ ਸਿੱਧੀਆਂ ਜੋ ਹਵਾਵਾਂ ਚੱਲਦੀਆਂ ਜਿਸ ਦੇ ਕਰਕੇ 에ਰੋਪਲੇਨਸ ਨੂੰ ਫਲਾਈ ਕਰਨਾ ਬਹੁਤ ਈ ਫਾਰ ਇਗਜ਼ਾਮ ਦੇ ਵਿੱਚ ਬਣਿਆ ਕਿ ओजोन लेयर ਕਿਹੜੀ लेयर ਦੇ ਵਿੱਚ ਹੁੰਦੀ ਹੈ ਤਾਂ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸਟੈਟੋਸਫੀਅਰ ਜੇ ایرੋਪਲੇਨ ਕਿਹੜੀ ਲੇਅਰ ਦੇ ਵਿੱਚ ਫਲਾਈ ਕਰਦੇ ਆ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਅਬਵ ਦੇ ਕੀ ਫਰੈਂਡਸ ਮੈਸੋਸਫੀਅਰ ਤਾਂ ਮੈਸੋਸਫੀਅਰ ਜੋ ਕੋਲਡਸਟ ਹੈ ਐਟਮੋਸਫੀਅਰ ਦੇ ਵਿੱਚ ਸਭ ਤੋਂ ਕੋਲਡਸਟ ਹੈ ਐਂਡ ਮੈਟਰਸ ਜਿਨ੍ਹਾਂ ਨੂੰ ਸ਼ੂਟਿੰਗ ਸਟਾਰਸ ਵੀ ਆਖਿਆ ਜਾਂਦਾ ਉਹ ਵੀ ਇੱਥੇ ਵਨ ਹੁੰਦੇ ਆ ਇਸ ਤੋਂ ਇਲਾਵਾ ਫਰੈਂਡਸ ਥਰਮੋਸਫੀਅਰ ਰੇਡੀਓ ਵੇਵਜ਼ ਜਿਸ ਦੇ ਨਾਲ ਆਪਣੇ ਰੇਡੀਓ ਸਟੇਸ਼ਨ ਵਗੈਰਾ ਚੱਲਦੇ ਆ ਉਹ ਇਥੋਂ ਹੀ ਰਿਫਲੈਕਟ ਹੁੰਦੀਆਂ ਤਾਂ ਇਸ ਤੋਂ ਇਲਾਵਾ ਅਰੋਰਾ ਜੋ ਕਿ ਨੈਚੁਰਲ ਲਾਈਟਸ ਹੁੰਦੀਆਂ ਜੋ ਆਪਣੇ ਸਕਾਈ ਦੇ ਵਿੱਚ ਐਂਡ ਸੈਟਲਾਈਟਸ ਜੋ ਹਨ ਉਹ ਇਸ ਲੇਅਰ ਦੇ ਵਿੱਚ ਹੀ ਜੋ ਐਗਜ਼ਿਸਟ ਕਰਦੀਆਂ ਇਸ ਤੋਂ ਇਲਾਵਾ ਅਗਰ ਆਇਨੋਸਫੀਅਰ ਦੀ ਗੱਲ ਕਰੀਏ ਤਾਂ ਆਇਨੋਸਫੀਅਰ ਕੰਸਿਸਟ ਕਰਦਾ ਹੈ ਇਲੈਕਟ੍ਰਿਕਲੀ ਚਾਰਜ ਪਾਰਟੀਕਲ ਜਿਸ ਨੂੰ ਆਇਨਸ ਉਹ ਲੈ ਜਾਂਦਾ ਤਾਂ ਫ੍ਰੈਂਡਸ ਕੁਸ਼ਕ ਜੋ ਇਲੈਕਟ੍ਰੀਕਲੀ ਚਾਰਜਡ ਪਾਰਟੀਕਲ ਹੁੰਦੇ ਇਸ ਲੇਅਰ ਦੇ ਵਿੱਚ ਇਹਨਾਂ ਨੂੰ ਆਇਨਸ ਬੋਲਿਆ ਜਾਂਦਾ ਇਸੇ ਕਰਕੇ ਇਸ ਨੂੰ ਆਇਨੋਸਫੀਅਰ ਆਖਿਆ ਜਾਂਦਾ ਤਾਂ ਆਇਨੋਸਫੀਅਰ ਜੋ ਐਗਜ਼ਿਸਟ ਕਰਦੀ ਹੈ ਥਰਮੋਸਫੀਅਰ ਐਂਡ ਐਕਸੋਸਫੀਅਰ ਦੇ ਵਿਚਕਾਰ ਇੱਥੇ ਜੋ ਹੈ ਇਹ ਐਗਜ਼ਿਸਟ ਕਰਦੀ ਹੈ ਇਸੋਲਾਵ ਐਕਸੋਸਫੀਅਰ ਦੀ ਗੱਲ ਕਰੀਏ ਤਾਂ ਇੱਕ ਆਊਟਰ ਮੋਸਟ ਲੇਅਰ ਹੈ ਐਟਮੋਸਫੀਅਰ ਦੀ ਜੋ ਕਿ ਬਿਲਕੁਲ ਲਾਸਟ ਲੇਅਰ ਆਪਾਂ ਇਸ ਨੂੰ ਆਖ ਸਕਦੇ ਹਾਂ ਤਾਂ ਫਰੈਂਡਸ ਇਹ ਜੋ ਮੋਸਟ ਇੰਪੋਰਟੈਂਟ ਕੁਐਸਚਨ ਜੋ ਹਮਨ ਆਪਣੇ এনवायरमेंट ਤੇ ਵੇਸਟ ਜਿਸ ਦਾ ਅਕਸਰ ਐਗਜ਼ਾਮ ਦੇ ਵਿੱਚ ਹਰ ਵਾਰ ਕੁਐਸਚਨ ਮੰਨਦਾ ਹੈ ਕਈ ਵਾਰੀ ਆਊਟਰ ਮੋਸਟ ਲੇਅਰ ਬਾਰੇ ਪੁੱਛਿਆ ਜਾਂਦਾ ਹੈ ਜਾਂ 2 3 ਲੇਅਰਸ ਦੇ ਕੇ ਉਹਨਾਂ ਨੂੰ ਅਰੇਂਜ ਕਰਨ ਲਈ ਕਹਿ ਦਿੱਤਾ ਜਾਂਦਾ ਅਸੈਂਡਿੰਗ ਜਾਂ ਡਿਸੈਂਡਿੰਗ ਔਰਡਰ ਦੇ ਵਿੱਚ ਤਾਂ ਇਹ ਤੁਸੀਂ ਯਾਦ ਰੱਖ ਲੈਣਾ ਸਭ ਤੋਂ ਪਹਿਲਾਂ ਟ੍ਰੋਪੋਸਫੀਅਰ ਉਸ ਤੋਂ ਬਾਅਦ ਸਟੈਟੋਸਫੀਅਰ ਫਿਰ ਮੈਜ਼ੋਸਫੀਅਰ ਥਰਮੋਸਫੀਅਰ ਐਂਡ ਐਕਸੋਸਫੀਅਰ ਕਿਹੜੀ ਲੇਅਰ ਦੇ ਵਿੱਚ ਕੀ ਐਗਜ਼ਿਸਟ ਕਰਦਾ ਇਹ ਜ਼ਰੂਰੀ ਯਾਦ ਰੱਖਣਾ ਇਸ ਦੇ ਵਿੱਚ ਕੁਐਸਚਨ ਇਗਜ਼ਾਮ ਦੇ ਵਿੱਚ ਬਣਦਾ ਹੀ ਬਣਦਾ ਹੈ ਤਾਂ ਆਓ ਦੇਖਦੇ ਆ ਨੈਕਸਟ ਕੁਐਸਚਨ ਵਾਟ ਇਜ਼ ਦਾ ਅਪ੍ਰੋਕਸੀਮੇਟ ਲੈਂਥ ਆਫ ਦਾ ਬਾਰਡਰ 댓 ਇੰਡੀਆ ਸ਼ੇਅਰਸ ਵਿਦ ਦਾ ਪਾਕਿਸਤਾਨ ਤਾਂ ਫਰੈਂਡਸ ਇੰਡੀਆ ਦਾ ਜੋ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਉਸ ਦੀ ਮੈਕਸਿਮਮ ਲੈਂਥ ਬਾਰੇ ਆਪਾਂ ਨੂੰ ਪੁੱਛਿਆ ਤਾਂ ਇਸ ਦੀ ਜੋ ਲੈਂਥ ਹੋਵੇਗੀ 33 20 uh, 33 23 ਕਿਲੋਮੀਟਰ 3323 ਕਿਲੋਮੀਟਰ ਇਨਕਲੂਡਿੰਗ ਲਾਈਨ ਆਫ ਕੰਟਰੋਲ ਜੋ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈ ਤਾਂ ਇਸ ਤਰੀਕੇ ਨਾਲ ਫਰੈਂਡ ਇਸ ਦਾ ਜੋ ਅਪਰੋਕਸੀਮੇਟ ਆਨਸਰ ਹੋਵੇਗਾ ਉਹ 3300 ਕਿਲੋਮੀਟਰ ਹੋ ਜਾਵੇਗਾ ਤਾਂ ਫਰੈਂਡਸ ਇਸ ਦੇ ਨਾਲ ਜੋ ਬਾਰਡਰ ਦੇ ਨਾਲ ਸਟੇਟਸ ਲੱਗਦੀਆਂ ਹਨ ਗੁਜਰਾਤ ਰਾਜਸਥਾਨ ਪੰਜਾਬ ਐਂਡ ਜੰਮੂ ਐਂਡ ਕਸ਼ਮੀਰ ਜੰਮੂ ਐਂਡ ਕਸ਼ਮੀਰ ਹੁਣ ਸਟੇਟ ਨਹੀਂ ਰਹੀ ਜਿਸ ਦੀਆਂ ਕਿ ਦੋ ਯੂਟੀਆਂ ਬਣਾ ਦਿੱਤੀਆਂ ਗਿਆ ਲਦਾਖ ਐਂਡ ਜੰਮੂ ਐਂਡ ਕਸ਼ਮੀਰ ਤਾ ਫਰੈਂਡ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਲੈਣਾ ਜੰਮੂ ਐਂਡ ਕਸ਼ਮੀਰ ਯੂਟੀ ਐਂਡ ਲਦਾਖੇ ਵੀ ਦੋਨੇ ਜੋ ਹੈ ਪਾਕਿਸਤਾਨ ਦੇ ਨਾਲ ਸ਼ੇਅਰ ਕਰਦੀਆਂ ਲਦਾਖ ਵੈਸੇ ਨਹੀਂ ਹੈ ਹੁਣ ਇਕੱਲੀ ਜੰਮੂ ਐਂਡ ਕਸ਼ਮੀਰ ਯੂਟੀ ਜੋ ਹੈ ਉਹ ਟੱਚ ਕਰੇਗੀ ਤਾਂ ਇਸ ਤਰੀਕੇ ਨਾਲ ਆਪਾਂ ਦੇਖ ਲੈਣੇ ਆ ਜੋ ਵੀ ਅਦਰ ਕੰਟਰੀਜ਼ ਨਾਲ ਬਾਰਡਰ ਸ਼ੇਅਰ ਕਰਦਾ ਇੰਡੀਆ ਤਾਂ ਜਿਸ ਤਰੀਕੇ ਨਾਲ ਫਰੈਂਡ ਤੁਸੀਂ ਦੇਖ ਰਹੇ ਹੋ ਕਿ ਲੈਫਟ ਸਾਈਡ ਤੇ ਪਾਕਿਸਤਾਨ ਨਾਲ ਬਾਰਡਰ ਸ਼ੇਅਰ ਕਰ ਰਿਹਾ ਹੈ ਐਂਡ ਉਸ ਤੋਂ ਇਲਾਵਾ ਥੋੜਾ ਜਿਹਾ ਜੋ ਹੈ ਅਫਗਾਨਿਸਤਾਨ ਦੇ ਨਾਲ ਬਹੁਤ ਬਿਲਕੁਲ ਮਾਈਨਰ ਹੀ ਅਟੈਚ ਹੋ ਰਿਹਾ ਹੈ ਇਸ ਤੋਂ ਇਲਾਵਾ ਚਾਈਨਾ ਨੇਪਾਲ ਭੂਟਾਨ ਬੰਗਲਾਦੇਸ਼ ਮਿਆਂਮਰ ਤਾਂ ਫਰੈਂਡਸ ਸਭ ਤੋਂ ਘੱਟ ਏਰੀਆ ਜੋ ਬਾਉਂਡਰੀ ਟੱਚ ਹੋ ਰਹੀ ਹੈ ਉਹ ਹੋ ਰਹੀ ਹੈ ਅਫਗਾਨਿਸਤਾਨ ਦੀ 106 ਕਿਲੋਮੀਟਰ ਤਾ ਸਭ ਤੋਂ ਵੱਧ ਜੋ ਬਾਉਂਡਰੀ ਟੱਚ ਹੋ ਰਹੀ ਹੈ ਉਹ ਹੋ ਰਹੀ ਹੈ ਬੰਗਲਾਦੇਸ਼ ਦੀ 4096 ਕਿਲੋਮੀਟਰ ਤਾਂ ਫਰੈਂਡਸ ਇਹ ਦੋਨੇ ਹੀ ਤੁਸੀਂ ਯਾਦ ਰੱਖਣੇ ਆ ਸਭ ਤੋਂ ਘੱਟ ਅਫਗਾਨਿਸਤਾਨ ਦੀ ਐਂਡਸ ਆਪ ਤੋਂ ਵੱਧ ਜੋ ਹੈ ਉਹ ਬੰਗਲਾਦੇਸ਼ ਦੀ ਇਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ਬੰਗਲਾਦੇਸ਼ ਦੀ ਸਭ ਤੋਂ ਵੱਧ ਹੈ ਐਂਡ ਜੋ ਹੈ ਅਫਗਾਨਿਸਤਾਨ ਦਾ ਬਿਲਕੁਲ ਬਹੁਤ ਮਾਈਨਰ ਯਾ ਏਰੀਆ ਜੋ ਹੈ ਇੰਡੀਆ ਦੀ ਬਾਉਂਡਰੀ ਨੂੰ ਟੱਚ ਕਰ ਰਿਹਾ ਹੈ ਤਾਂ ਅਗਰ ਇਨਕਰੀਜ਼ਿੰਗ ਆਰਡਰ ਦੇ ਵਿੱਚ ਦੇਖੀਏ ਤਾਂ ਸਭ ਤੋਂ ਘੱਟ ਅਫਗਾਨਿਸਤਾਨ ਉਸ ਤੋਂ ਬਾਅਦ ਬੋਟਾਨ ਫਿਰ ਮਿਆਂਮਾਰ ਫਿਰ ਨੇਪਾਲ ਫਿਰ ਪਾਕਿਸਤਾਨ ਚਾਈਨਾ ਐਂਡ ਬੰਗਲਾਦੇਸ਼ ਤਾਂ ਫਰੈਂਡਸ ਇਹ ਤੁਸੀਂ ਸਾਰੇ ਇੱਕ ਵਾਰੀ ਇਹਨਾਂ ਦਾ ਜਨਰਲ ਆਈਡੀਆ ਯਾ ਰੱਖ ਲੈਣਾ ਹੈ ਇਸ ਤੋਂ ਲਾਵਾ ਜੋ ਇੰਡੀਆ ਹੈ ਉਹ ਵਾਟਰ ਬਾਡੀਜ਼ ਵੀ ਸ਼ੇਅਰ ਕਰਦਾ ਹੈ ਵਿਦ ਸ਼੍ਰੀਲੰਕਾ ਐਂਡ ਮਾਲਦੀਵਸ ਮਾਲਦੀਵਸ ਫਰੈਂਡਸ ਇੱਕ ਆਈਲੈਂਡ ਕੰਟਰੀ ਹੈ ਇੱਥੇ ਜੋ ਕਿ ਬਹੁਤ ਹੀ ਜ਼ਿਆਦਾ ਬਿਲਕੁਲ ਸਮਾਲੈਸਟ ਆਈਲੈਂਡ ਹੈ ਜੋ ਕਿ ਆਪਾਂ ਇੱਥੇ ਨਹੀਂ ਦੇਖ ਸਕਦੇ ਮੈਪ ਨੂੰ ਜਦੋਂ ਜ਼ੂਮ ਕਰੋਗੇ ਤਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ ਤਾਂ ਇਸ ਤਰੀਕੇ ਨਾਲ ਫਰੈਂਡਸ ਜੋ ਸਾਰੀਆਂ ਬਾਉਂਡਰੀਜ਼ ਹੈ ਜੁੜੀਆਂ ਤੁਸੀਂ ਉਹ ਯਾਦ ਕਰ ਲੈਣੀ ਹੈ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਰਸਟ ਗ੍ਰੀਨ ਪੋਰਟ ਆਫ ਇੰਡੀਆ ਫਰਸਟ ਗ੍ਰੀਨ ਪੋਰਟ ਆਫ ਇੰਡੀਆ ਜੋ ਹੈ ਫਰੈਂਡਸ ਉਹ ਹੈ ਹਾਲਡੀਆ ਪੋਰਟ ਹਾਰਡਿਆ ਪੋਰਟ ਕੰਪਲੈਕਸ ਜੋ ਕਿ ਕੋਲਕਾਤਾ ਪੋਰਟ ٹرسٹ ਦੇ ਅੰਦਰ ਹੁੰਦਾ ਹੈ ਤਾਂ ਇਹ ਇੱਕ ਫਰਸਟ ਗ੍ਰੀਨ ਪੋਰਟ ਆਫ ਇੰਡੀਆ ਬਣਿਆ ਜਿਹੜਾ ਯੂਜ਼ ਕਰ ਰਿਹਾ ਵਾਇਓ ਡੀਜ਼ਲ ਟੂ ਰਨ ਇਟਸ ਰੇਲਵੇ ਇੰਜਨਸ ਟਰੱਕਸ ਐਂਡ ਅਦਰ ਵਹੀਕਲਸ ਤਾਂ ਫਰੈਂਡਸ ਇਸ ਤਰੀਕੇ ਨਾਲ ਜੋ ਇਹ ਪੋਰਟ ਹੈ ਫਰਸਟ ਗ੍ਰੀਨ ਪੋਰਟ ਆਫ ਇੰਡੀਆ ਬਣ ਗਿਆ ਜਿੰਨੇ ਵੀ ਪੋਰਟ ਆਪਾਂ ਦੇਖ ਲੈਣੇ ਆ ਫਰੈਂਡਸ ਵੈਸਟ ਸਾਈਡ ਤੇ ਪਹਿਲਾਂ ਅਗਰ ਪੋਰਟ ਦੇਖੀ ਤਾਂ ਕਾਂਡਲਾ ਪੋਰਟ ਜੋ ਕਿ ਗੁਜਰਾਤ ਦੇ ਵਿੱਚ ਹੈ ਉਸ ਤੋਂ ਬਾਅਦ ਹੈ ਮੁੰਬਈ ਪੋਰਟ ਨਾਵਾਸ਼ੇਵਾ ਪੋਰਟ ਜੋ ਕਿ ਮਹਾਰਾਸ਼ਟਰ ਦੇ ਵਿੱਚ ਹੈ ਮੁਰਮਗਾਓ ਪੋਰਟ ਗੋਆ ਦੇ ਵਿੱਚ ਨਿਊ ਮੰਗਲੂਰ ਪੋਰਟ ਕਰਨਾਟਕਾ ਦੇ ਵਿੱਚ ਐਂਡ ਕੋਚੀ ਪੋਰਟ ਪੋਰਟ ਜੋ ਕਿ ਕੇਰਲਾ ਦੇ ਵਿੱਚ ਕਿਸ਼ਟ ਕਰਦਾ ਹੈ ਤਾਂ ਤੁਸੀਂ ਇਸ ਪਿਕਚਰ ਦੇ ਵਿੱਚ ਸਾਰੇ ਪੋਰਟ ਜੋ ਹੈ ਉਹ ਦੇਖ ਸਕਦੇ ਹੋ ਤਾਂ ਫਰੈਂਡਸ ਕੁਝ ਕੁ ਫੈਕਟਸ ਵੀ ਹਨ ਜੋ ਕੀ ਇਥੇ ਰੈੱਡ ਕਲਰ ਦੇ ਨਾਲ ਮਾਰਕ ਕੀਤੇ ਗਏ ਹਨ ਨੂੰ ਸਾਰੇ ਯਾਦ ਕਰਨੇ ਹਨ ਜਿਸ ਤਰ੍ਹਾਂ ਕੰਡਲਾ ਪੋਰਟ ਜੋ ਹੈ ਇਸ ਨੂੰ ਰੀਨੇਮ ਕਰਕੇ ਦੀਨਦਿਆਲ ਪੋਰਟ ਦਾ ਨਾਮ ਦੇ ਦਿੱਤਾ ਗਿਆ ਹੈ ਐਂਡ ਮੁੰਬਈ ਪੋਰਟ ਦੇਖੀਦਾ ਹੈ ਇੱਕ ਲਾਰਜ ਸਟੈਂਡ ਬਿਜ਼ੀਸਟ ਪੋਰਟ ਹੈ ਇੰਡੀਆ ਦੇ ਵਿੱਚ ਐਂਡ ਮੁੰਬਈ ਪੋਰਟ ਦੀ ਬਿਜ਼ਨੈਸ ਨੂੰ ਕੱਟ ਕਰਨ ਦੇ ਲਈ ਹੀ ਨਾਵਾਸ਼ੇਵਾ ਪੋਰਟ ਆ ਯੂ ਐਸਟੈਬਲਿਸ਼ ਕੀਤਾ ਗਿਆ ਸੀਗਾ ਮਹਾਰਾਸ਼ਟਰਾਂ ਦੇ ਵਿੱਚ ਐਂਡ ਮੁਰਮੰਗਾਓ ਪੋਰਟ ਜੋ ਕੀ ਗੋਆ ਦੇ ਵਿੱਚ ਐਗਜ਼ਿਸਟ ਕਰ ਰਿਹਾ ਹੈ ਇਸ ਤੋਂ ਇਲਾਵਾ ਨਿਊ ਮੰਗਲੂਰ ਪੋਰਟ ਕਰਨਾਟਕਾ ਐਂਡ ਕੋਚੀ ਪੋਰਟ ਕੇਨਲਾ ਦੇ ਵਿੱਚ ਸਿਮਿਲਰਲੀ ਅਗਰ ਈਸਟਰਨ ਸਾਈਡ ਪੋਰਟਸ ਦੇਖੀਏ ਤਾਂ ਇਸ ਤਰੀਕੇ ਦੇ ਨਾਲ ਹਨ ਜਿਸ ਤਰ੍ਹਾਂ ਰੂਟੀ ਕੋਰਿਨ ਪੋਰਟ ਤਾਮਿਲਨਾਡੂ ਦੇ ਵਿੱਚ ਹੈ ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਨੀਚੇ ਐਂਡ ਚੇਨਈ ਪੋਰਟ ਇਹ ਵੀ ਤਾਮਿਲਨਾਡੂ ਦੇ ਵਿੱਚ ਹੈ ਐਨੋਰ ਪੋਰਟ ਫਰੈਂਡਸ ਅਨੋਰ ਪੋਰਟ ਇੱਕ ਪ੍ਰਾਈਵੇਟ ਪੋਰਟ ਹੈ ਅਗਰ ਗਵਰਨਮੈਂਟ ਆਫ ਇੰਡੀਆ ਦੀ ਗੱਲ ਕਰੀਏ ਤਾਂ ਟੋਟਲ 13 ਪੋਰਟਸ ਹਨ ਜਿਸ ਦੇ ਵਿੱਚੋਂ ਇੱਕ ਪ੍ਰਾਈਵੇਟ ਹੈ ਐਂਡ 12 ਜੋ ਗਵਰਨਮੈਂਟ ਦੁਆਰਾ ਸਟੈਬਲਿਸ਼ ਕੀਤੇ ਗਏ ਹਨ ਮੀਨਸ 12 ਗਵਰਨਮੈਂਟ ਪੋਰਟ ਹਨ ਐਂਡ 1 ਜੋ ਹੈ ਉਹ ਪ੍ਰਾਈਵੇਟ ਪੋਰਟ ਹੈ ਜੋ ਕਿ ਅਨੋਰ ਪੋਰਟ ਹੈ ਤਾਂ ਇਹ ਵੀ ਤੁਸੀਂ ਯਾਦ ਰੱਖ ਲੈਣਾ ਜੋ ਕਿ ਓਨਲੀ ਪ੍ਰਾਈਵੇਟ ਪੋਰਟ ਹੈ ਬਿਟਵੀਨ 13 ਪੋਰਟਸ ਦੇ ਵਿੱਚ ਤਾਂ ਇਸ ਤਰੀਕੇ ਨਾਲ ਇਹ ਐਗਜ਼ਿਸਟ ਕਰਦਾ ਹੈ ਤਾਮਿਲਨਾਡੂ ਦੇ ਵਿੱਚ ਵਿਸ਼ਖਾਪਟਨਾ ਬੋਰਡ ਜੋ ਹੈ ਫਰੈਂਡਸ ਉਹ ਇੱਕ ਡੀਪੈਸਟ ਐਂਡ ਲੈਂਡਲੌਕਡ ਪੋਰਟ ਹੈ ਮੀਨਸ ਜੋ ਬਿਲਕੁਲ ਕਿਨਾਰੇ ਤੇ ਨਹੀਂ ਹੈ ਥੋੜਾ ਜਿਹਾ ਬਾਉਂਡਰੀ ਤੋਂ ਅੰਦਰ ਐਗਜ਼ਿਸਟ ਕਰਦਾ ਹੈ ਸਿਮਿਲਰਲੀ ਪਾਰਾ ਦੀ ਪੋਰਟ ਜੋ ਕਿ 오ਡੀਸਾ ਦੇ ਵਿੱਚ ਐਗਜ਼ਿਸਟ ਕਰਦਾ ਹੈ ਇਹ ਵੀ ਬਹੁਤ ਵਾਰੀ ਕੁਐਸਚਨ ਐਗਜ਼ਾਮ ਦੇ ਵਿੱਚ ਬਣਿਆ ਹੈ ਕਈ ਵਾਰੀ ਫਰੈਂਡਸ ਪੋਰਟ ਵਾਰੀ ਪੁੱਛ ਲੈਂਦੇ ਕਿ ਉਹ ਕਿਹੜੀ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ ਤੇ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਹਾਲਦੀਆ ਬੋਰਡ ਜੋ ਕਿ ਗ੍ਰੀਨ ਪੋਰਟ ਬਣਿਆ ਹੈ ਐਂਡ ਕੋਲਕਾਤਾ ਪੋਰਟ ਇਹ ਦੋਨੇ ਜੋ ਹਨ ਵੈਸਟ ਬੰਗਾਲ ਦੇ ਵਿੱਚ ਐਗਜ਼ਿਸਟ ਕਰਦੇ ਹਨ ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਐਂਡ ਇਸ ਨੂੰ ਰਿਵਰਾਇਨ ਪੋਰਟ ਵੀ ਬੋਲਿਆ ਜਾਂਦਾ ਜੋ ਕਿ ਹੁਗਲੀ ਰਿਵਰ ਤੇ ਲੋਕੇਟਡ ਹੈ ਪੋਰਟ ਮਲੇਰ ਜੋ ਕਿ ਅੰਡੇਮਾਨ ਐਂਡ ਨਿਕੋਬਰ ਦੇ ਉੱਤੇ ਲੋਕੇਟਡ ਹੈ ਐਂਡ ਫਰੈਂਡਸ ਪੋਰਟ ਮਲੇਰ ਜੋ ਹੈ ਇਸ ਕੈਪੀਟਲ ਵੀ ਹੈ ਅੰਡੇਮਾਨ ਇਕਵਾਰ ਦੀ ਤਾਂ ਉਸੇ ਦੇ ਨਾਮ ਤੇ ਹੀ ਇਸ ਨੂੰ ਪੋਰਟ ਇਸ ਨੂੰ ਪੋਰਟ ਨਾਮ ਪੋਰਟ ਦਾ ਨਾਮ ਦੇ ਦਿੱਤਾ ਗਿਆ ਹੈ ਤਾਂ ਆਓ ਦੇਖਦੇ ਹਾਂ ਨੈਕਸਟ ਕੁਐਸਚਨ ਕਵੈਸਚਨ ਹੈ 16 ਪਰਟ ਆਫ ਇੰਡੀਅਨ ਰੁਪੀ ਵਾਸ अर्ਲੀ ਨੋਨ ਐਸ ਤਾਂ 1 ਰੁਪਏ ਦਾ ਜੋ ਫਰੈਂਡਸ 16ਵਾਂ ਹਿੱਸਾ ਹੈ ਉਸ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਸ ਦਾ ਜੋ ਰਾਈਟ ਆਨਸਰ ਸੀ ਉਹ ਸੀ ਅਨਾ ਮੀਨਸ ਡੀ ਇਜ਼ ਦਾ ਡੀ ਇਸ ਕਵੈਸਚਨ ਦਾ ਰਾਈਟ ਆਨਸਰ ਹੋਵੇਗਾ ਤਾਂ ਫਰੈਂਡਸ ਇਸ ਦੇ ਨਾਲ ਇੱਕ ਹੋਰ ਮੋਸਟ ਇੰਪੋਰਟੈਂਟ ਜੋ ਫੈਕਟੋ ਹੈ ਇਹ ਹੈ ਕਿ 1 ਰੁਪਈ ਨੋਟ ਓਨਲੀ ਨੋਟ ਹੈ ਜਿਸ ਦੇ ਉੱਤੇ ਫਾਈਨਾਂਸ ਸੈਕਟਰੀ ਦੇ ਸਿਗਨੇਚਰ ਹੁੰਦੇ ਆ ਮੀਨਸ ਜਿੰਨੇ ਵੀ ਨੋਟ ਜੋ ਹਨ ਉਹ ਕਰੰਸੀ ਆਪਣੀ ਇੰਡੀਅਨ ਕਰੰਸੀ ਹੈ ਉਸ ਦੇ ਉੱਤੇ ਗਵਰਨਰ ਆਫ ਆਰਬੀਆਈ ਦੇ ਸਿਗਨੇਚਰ ਹੁੰਦੇ ਆ ਪਰ 1 ਰੁਪੀਆ ਦਾ ਨੋਟ ਇੱਕ ਜਿਹਨ ਰਿਹਾ ਨੋਟ ਹੈ ਜਿਸ ਦੇ ਉੱਤੇ ਸਿਰਫ ਫਾਈਨੈਂਸ ਸੈਕਟਰੀ ਦੇ ਸਿਗਨੇਚਰ ਹੋਣਗੇ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਇੰਡੀਅਨ ਕਰੰਸੀ ਦੇ ਕੁਝ ਹੋਰ ਫੈਕਟਸ ਦੇਖ ਲੈਣੇ ਆ ਕੁਝ ਕੁ ਨੋਟਸ ਬ੍ਰੈਂਡਸ ਕਰੰਸੀ ਫ੍ਰੈਂਡਸ ਜੋ ਕਿ ਨਿਊ ਰੀਲੀਜ਼ ਕੀਤੀ ਗਈ ਹੈ ਉਸਦੇ ਬੈਕ ਸਾਈਡ ਦੇ ਉੱਤੇ ਇਮੇजेस ਬਣਿਆ ਹਨ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਐਗਜ਼ਾਮ ਚ ਕੁਸ਼ਨ ਬਣਦੇ ਪੂਰੇ ਪੂਰੇ ਜੰਸ ਹਨ ਜਿਸ ਤਰ੍ਹਾਂ 2000 ਦਾ ਜੋ ਨੋਟ ਰਿਲੀਜ਼ ਕੀਤਾ ਉਸਦੇ ਬੈਕ ਸਾਈਡ ਤੇ ਮੰਗਲਜਨ ਬਣਿਆ ਹੋਇਆ ਐਂਡ ਜੋ 500 ਦਾ ਨੋਟ ਹੈ ਉਸਦੇ ਉੱਤੇ ਲਾਲ ਕਿਲਾ ਐਂਡ 200 ਤੇ ਸਾਂਚੀ ਸਤੂਪ ਜੋ ਕਿ ਐਮਪੀ ਮਧਵ ਪ੍ਰਦੇਸ਼ ਦੇ ਵਿੱਚ ਹੈ ਐਂਡ 100 ਰੁਪੀ ਦੇ ਨੋਟ ਦੇ ਉੱਤੇ ਰਾਣੀ ਕੀ ਵਾਵ ਜੋ ਕਿ ਗੁਜਰਾਤ ਦੇ ਵਿੱਚ ਹੈ ਜੋ ਕਿ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ ਐਂਡ ਹੰਪੀ ਕਾਰਤ ਜੋ ਕਿ ਕਰਨਾਟਕਾ ਦੇ ਵਿੱਚ ਹੈ ਐਂਡ 20 ਰੁਪੀ ਦੇ ਨੋਟ ਤੇ ਜੋ ਕਿ ਅਲੋਰਾ ਅਜੰਤਾ ਐਂਡ ਅਲੋਰਾ ਤੁਸੀਂ ਦੇਖਿਆ ਹੋਣੀਆਂ ਮਹਾਰਾਸ਼ਟਰ ਦੇ ਵਿੱਚ ਐਂਡ 10 ਰੁਪੀ ਦੇ ਨੋਟ ਤੇ ਫਰੈਂਡਸ ਕੋਨਾਰਕ ਸੂਰਿਆ ਟੈਂਪਲ ਜਿਸ ਨੂੰ ਓਡੀਸਾ ਦੇ ਵਿੱਚ ਰਜਿਸਟਰ ਕਰਦਾ ਹੈ ਜਿਸ ਨੂੰ ਕੋਨ ਸਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਫਰੈਂਡਸ ਇਹ ਸਾਰੇ ਨੋਟ ਦੇ ਜੋ ਕਰੰਸੀ ਹੈ ਇਹਨਾਂ ਦੇ ਬੈਕ ਦੇ ਉੱਤੇ ਜੋ ਵੀ ਇਮੇजेस ਬਣੀਆਂ ਹਨ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ ਜਿਸ ਦੇ ਵਿੱਚੋਂ ਕੁਐਸਚਨ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਸ ਬਣ ਜਾਂਦੇ ਆ ਕਿਉਂਕਿ ਸਾਰੀ ਜੋ ਕਰੰਸੀਆਂ ਹੈ ਇਹ ਬਿਲਕੁਲ ਲੇਟੈਸਟ ਨਿਊ ਕਰੰਸੀ ਹੈ ਤਾਂ ਇਹਨਾਂ ਦੀ ਬੈਕ ਸਾਈਡ ਦੇ ਉੱਤੇ ਜੋ ਵੀ ਛਪਿਆ ਹੈ ਕਈ ਵਾਰੀ ਕੁਐਸਚਨ ਫਰੈਂਡਸ ਇਹਨਾਂ ਇਮੇजेस ਤੇ ਹੀ ਆਉਣ ਜਾਂਦੇ ਆ ਮੀਨਜ਼ ਜੋ ਕਈ ਵਾਰੀ ਪੁੱਛ ਲੈਂਦੇ ਕਿ ਰਾਣੀ ਕੀ ਬਾਬ ਕਿਹੜੀ ਸਟੇਟ ਦੇ ਵਿੱਚ ਹੈ ਗੁਜਰਾਤ ਦੇ ਵਿੱਚ ਹੈ ਜਾਂ ਸਨ ਟੈਂਪਲ ਕਿਹੜੀ ਸਟੇਟ ਦੇ ਵਿੱਚ ਹੈ ਤਾਂ ਇਹ ਤੁਸੀਂ ਸਾਰੇ ਫੈਕਟਾ ਜੋ ਯਾਦ ਕਰ ਲੈਣੇ ਆ ख नेक्स्ट क्वेश्चन झूमर डांस इज़ द पॉपुलर रीजन ऑफ झूमर डांस फ्रांड कि रीजन के फेमस से पॉपुलर सो राइडर है वह है सन सेंदल वार ਤਾਂ ਸੈਂਡਲਵਾਰ ਫਰੈਂਡਸ ਦੇਖੀ ਤਾਂ ਇਹ ਜੋ ਐਗਜ਼ਿਸਟ ਕਰਦਾ ਸੀ ਜੋ ਗ੍ਰੇ ਕਲਰ ਦਾ ਸੀ ਏਰੀਆ ਦੇਖ ਰਹੇ ਹੋ ਰਿਵਰ ਰਾਵੀ ਐਂਡ ਚਨਾਬ ਦੇ ਵਿਚਾਲੇ ਇੱਥੇ ਹੀ ਸੈਂਡਲਵਾਰ ਐਗਜ਼ਿਸਟ ਕਰਦਾ ਸੀ ਤਾਂ ਫਰੈਂਡਸ ਪੰਜਾਬ ਜੋ ਕਿ ਫਾਈਵ ਰਿਵਰਸ ਦੇ ਨਾਮ ਤੋਂ ਬਣਿਆ ਜੋ ਕਿ ਹੁਣ ਲੇਟੈਸਟ ਪੰਜਾਬ ਦੇਖੀ ਤਾਂ ਉਸ ਦੇ ਵਿੱਚ ਸਿਰਫ 3 ਰਿਵਰਸ ਰਹਿ ਗਈਆਂ ਜਿਸ ਤਰ੍ਹਾਂ ਸਤਲੁਜ ਰਿਵਰ ਹੈ ਜੋ ਕਿ ਪੰਜਾਬ ਨੂੰ ਟੂ ਮਾਰਟਸ ਦੇ ਵਿੱਚ ਡਿਵਾਈਡ ਕਰਦੀ ਹੈ ਐਂਡ ਬਿਆਸ ਰਿਵਰ ਜੋ ਹੈ ਉਹ ਆਕੀਬ ਸਤਲੁਜ ਦੇ ਵਿੱਚ ਹਰੀਕੇ ਪੱਤਨ ਮਿਲ ਜਾਂਦੀ ਹੈ ਐਂਡ ਰਾਵੀ ਰਿਵਰ ਜੋ ਕਿ ਪੰਜਾਬ ਦੀ ਬਾਉਂਡਰੀ ਦੇ ਨਾਲ-ਨਾਲ ਚੱਲਦੀ ਹੈ ਐਂਡ ਇਸ ਤੋਂ ਇਲਾਵਾ ਫਰੈਂਡਸ ਡਿਵਾਈਡੇਸ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਫਾਈਵ ਰਿਵਰ ਸੀ ਚਨਾਬ ਐਂਡ ਜੇਹਲਮ 3 ਰਿਵਰਸ ਇਹ ਹੋ ਗਏ ਐਂਡ 2 ਰਿਵਰਸ ਹੋ ਗਏ ਐਂਡ ਮੀਨਜ਼ ਆ ਤੁਸੀਂ ਪ੍ਰੀਵੀਅਸ ਪੰਜਾਬ ਆ ਜਿਹੜਾ ਇਹ ਸਾਰਾ ਦੇਖ ਸਕਦੇ ਜੋ ਕਿ ਬਾਈਫਰੋਕੇਸ਼ਨ ਹੋ ਕੇ ਵੈਸਟ ਪਾਕਿਸਤਾਨ ਬਣ ਗਿਆ ਐਂਡ ਕੁਝ ਹਰਿਆਣਾ ਬਣ ਗਿਆ ਐਂਡ ਕੁਝ ਕੋ ਐਚਪੀ ਘੜ ਦਿੱਤਾ ਗਿਆ ਉਸ ਦੇ ਵਿੱਚੋਂ ਤਾਂ ਇਸ ਤਰੀਕੇ ਨਾਲ ਹੁਣ ਜੋ ਲੇਟੈਸਟ ਪੰਜਾਬ ਆ ਉਹ ਇੱਕ ਤਰ੍ਹਾਂ ਐਗਜ਼ਿਸਟ ਕਰਦਾ ਤਾਂ ਫਰੈਂਡਸ ਇਹ ਚੂਮਰ ਡਾਂਸ ਹੈ ਇਹ ਐਗਜ਼ਿਸਟ ਕਰਦਾ ਅ ਰਿਵਰ ਰਾਵੀ ਐਂਡ ਚਨਾਬ ਦੇ ਵਿਚਕਾਰ ਜੋ ਏਰੀਆ ਹੈ ਜੋ ਤੁਸੀਂ ਗ੍ਰੀ ਕਲਰ ਦੇ ਇੱਥੇ ਦੇਖ ਰਹੇ ਹੋ ਇਸ ਟਾਈਮ ਟਾਈਮ ਤੇ ਜੋ ਕਿ ਪਾਕਿਸਤਾਨੀ ਪੰਜਾਬ ਹੈ ਉੱਥੇ ਇਹ ਐਗਜ਼ਿਸਟ ਹੋਇਆ ਸੀ ਉੱਥੇ ਕਾਫੀ ਜ਼ਿਆਦਾ ਇਹ ਪੌਪੂਲਰ ਹੈ ਤਾਂ ਫਰੈਂਡਸ ਅਗਰ ਬਾਰ ਦੀ ਗੱਲ ਕਰੀਏ ਤਾਂ ਬਾਰ ਇੱਕ ਫੋਰੈਸਟ ਏਰੀਆ ਹੁੰਦਾ ਹੈ ਜੋ ਕਿ ਟੂ ਰਿਵਰਸ ਦੇ ਵਿਚਾਲੇ ਹੁੰਦਾ ਹੈ ਇੱਥੇ ਕਲਟੀਵੇਸ਼ਨ ਕਰਨੀ ਕਾਫੀ ਜ਼ਿਆਦਾ ਔਖੀ ਹੁੰਦੀ ਹੈ ਮੀਨਸ ਇੰਪੋਸੀਬਲ ਹੁੰਦੀ ਹੈ ਤਾਂ ਸੈਂਡਲ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਦੁੱਲਾ ਪੱਟੀ ਬਾਰੇ ਸੁਣਿਆ ਹੀ ਹੋਵੇਗਾ ਉਸ ਦਾ ਜੋ ਗ੍ਰੈਂਡਫਾਦਰ ਸੀ ਉਸ ਦਾ ਨੇਮ ਇਹ ਮੰਨਿਆ ਜਾਂਦਾ ਹੈ ਕਿ ਸੈਂਡਲ ਉਸ ਦਾ ਸੈਂਦਲ ਜੋ ਸੀ ਉਸ ਦਾ ਨਾਮ ਸੀ ਦੁੱਲਾ ਭੱਟੀ ਦੇ ਗ੍ਰੈਂਡਫਾਦਰ ਦਾ ਤਾਂ ਉਸੇ ਦੇ ਨਾਮ ਤੇ ਹੀ ਇਹ ਜੋ ਏਰੀਆ ਹੈ ਬਿਟਵੀਨ ਦਾ ਰਿਵਰ ਰਾਵੀ ਐਂਡ ਚਨਾਬ ਇਸ ਨੂੰ ਸੈਂਦਲਵਾਰ ਆਖਿਆ ਜਾਂਦਾ ਹੈ ਤਾਂ ਫਰੈਂਡਸ ਇੱਥੇ ਇਹ ਜੋ ਡਾਂਸ ਹੈ ਕਾਫੀ ਪੋਪੂਲਰ ਹੋਇਆ ਸੀ ਇਸ ਦਾ ਇਸ ਤਰੀਕੇ ਨਾਲ ਅਗਰ ਇਸ ਦਾ ਜੋ ਆਨਸਰ ਦੇਖੀਏ ਤਾਂ ਉਹ ਸੀ ਹੋ ਜਾਵੇਗਾ ਅਗਰ ਮਾਲਵਾ ਦੋਆਬਾ ਮਾਝਾ ਦੀ ਗੱਲ ਕਰੀਏ ਤਾਂ ਮਾਲਵਾ ਸਤਲੁਜ ਰਿਵਰ ਦੇ ਨੀਚੇ ਵਾਲਾ ਏਰੀਆ ਜੋ ਹੈ ਇਸ ਨੂੰ ਮਾਲਵਾ ਆਖਿਆ ਜਾਵੇਗਾ ਐਂਡ ਦੋਆਬਾ ਜਿਸ ਤਰ੍ਹਾਂ ਨਾਮ ਤੋਂ ਹੀ ਕਲੀਅਰ ਹੈ ਦੋਆਬਾ ਮੀਨਸ ਦੋ ਆਵਜ਼ ਮੀਨਜ਼ ਦੋ ਰਿਵਰ ਦੇ ਵਿਚਕਾਰ ਵਾਲਾ ਏਰੀਆ ਮੀਨਜ਼ ਇਹ ਜੋ ਹੋਵੇਗਾ ਇਹ ਦੁਆਬਾ ਹੋਵੇਗਾ ਐਂਡ ਇਸ ਨੂੰ ਮਾਝਾ ਬੋਲਿਆ ਜਾਵੇਗਾ ਤਾਂ ਇਹ ਵੀ ਸਾਰੇ ਇਫੈਕਟ ਆ ਜੋ ਯਾਦ ਕਰ ਲੈਣੇ ਆ ਇਸ ਤੋਂ ਇਲਾਵਾ ਫਰੈਂਡਸ ਪੰਜਾਬ ਦੇ ਕੁਝ ਕੁ ਫੋਕ ਡਾਂਸ ਦੇਖੀਏ ਜੋ ਕਿ ਫੀਮੇਲਸ ਐਂਡ ਮੇਲ ਵੱਲੋਂ ਪਰਫਾਰਮ ਕੀਤੇ ਜਾਂਦੇ ਹਨ ਉਹ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਸੰਮੀ ਗਿੱਧਾ ਜਾਗੂ ਕਿਕਲੀ ਤਾਂ ਇਹ ਸਾਰੇ ਜੋ ਡਾਂਸ ਹਨ ਇਹ ਫੀਮੇਲਸ ਵੱਲੋਂ ਪਰਫਾਰਮ ਕੀਤੇ ਜਾਂਦੇ ਆ ਐਂਡ ਮੇਲ ਵੱਲੋਂ ਜਿਸ ਤਰ੍ਹਾਂ ਦਮਾਲ ਹੋ ਗਿਆ ਭੰਗੜਾ ਮਲਵਈ ਗਿੱਧਾ ਚੂਮਰ ਲੁੱਡੀ ਮਿਰਜਾ ਐਂਡ ਜੁਗਨੀ ਅਨਤਮਾਲ ਦੰਗਰਾ ਇਹ ਸਾਰੇ ਜੋ ਫਰੈਂਡਸ ਹਨ ਇਹ ਮੇਲ ਵੱਲੋਂ ਪਰ ਹੋਮ ਕੀਤੇ ਜਾਂਦੇ ਆ ਕਈ ਵਾਰੀ ਸਿੰਪਲ ਜਿਹਾ ਕੁਐਸਚਨ ਆ ਜਾਂਦਾ ਜਿਸ ਤਰ੍ਹਾਂ ਸੰਮੀ ਜੋ ਹੈ ਪੰਜਾਬ ਦਾ ਮੇਲ ਡਾਂਸ ਹੈ ਕਿ ਫੀਮੇਲ ਡਾਂਸ ਹੈ ਜਾਂ ਕਈ ਵਾਰੀ ਕੁਐਸਚਨ ਪੁੱਛ ਲੈਂਦਾ ਇਹਨਾਂ ਦੇ ਵਿੱਚੋਂ ਕਿਹੜਾ ਮੇਲ ਡਾਂਸ ਹੈ ਐਂਡ 3 ਇਹਨਾਂ ਦੇ ਵਿੱਚੋਂ ਆਪਸ਼ਨ ਪਾ ਕੇ ਇੱਕ ਆਪਸ਼ਨ ਇਸ ਦੇ ਵਿੱਚੋਂ ਭਾਈਆ ਸਕਦੀ ਹੈ ਜਾਂ ਕਈ ਵਾਰੀ ਫੀਮੇਲ ਡਾਂਸ ਵੀ ਪੁੱਛ ਲਿਆ ਜਾਂਦਾ ਤਾਂ ਇਹ ਤੁਸੀਂ ਸਾਰੇ ਇੱਕ ਵਾਰੀ ਇਸ ਨੂੰ ਰੀਡ ਕਰ ਲੈਣਾ ਹੈ ਨੈਕਸਟ ਕੁਐਸਚਨ ਹੈ ਵਿਚ ਅਮੰਗ ਦਾ ਫੋਲੋਇੰਗ ਇਜ਼ ਨੋਟ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਜੋ ਕਿ ਫਸਟ ਸਿਟੀਜ਼ਨ ਆਫ ਇੰਡੀਆ ਹੈ ਫਰੈਂਡਸ ਤਾਂ ਕੁਐਸਚਨ ਦੇ ਵਿੱਚ ਇਹ ਪੁੱਛਿਆ ਹੈ ਕਿ ਪ੍ਰੈਜ਼ੀਡੈਂਟ ਇਹਨਾਂ ਦੇ ਵਿੱਚੋਂ ਕਿਸ ਨੂੰ ਅਪੁਆਇੰਟ ਨਹੀਂ ਕਰਦਾ ਅਗਰ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਫਰੈਂਡਸ ਆਪਣੇ ਜੋ ਫਸਟ ਪ੍ਰੈਜ਼ੀਡੈਂਟ ਸੀ ਉਹ ਸੀ ਡਾਕਟਰ ਡਾਕਟਰ ਰਿਜੇਂਦਰ ਪ੍ਰਸ਼ਾਦ ਜੋ ਕਿ ਆਪਣੇ ਫਸਟ ਪ੍ਰੈਜ਼ੀਡੈਂਟ ਬਣੇ ਐਂਡ ਉਸ ਤੋਂ ਬਾਅਦ ਐਸਰਾਦਾ ਗ੍ਰੀਸ਼ਣ ਤਾਂ ਇਹ ਸਾਰੇ ਤੁਸੀਂ ਦੇਖ ਲੈਣੇ ਆ ਇਸ ਤੋਂ ਲਾਵਾ ਫਸਟ ਫੀਮੇਲ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਉਹ ਸੀ ਪ੍ਰ ਤੋ ਪ੍ਰੈਜ਼ੀਡੈਂਟ ਹਨ ਉਹ ਹਨ ਰਾਮਨਾਥ ਕੋਵਿੰਦ ਤਾਂ ਫਰੈਂਡਸ ਇਸ ਤਰੀਕੇ ਦੇ ਨਾਲ ਜੋ ਪ੍ਰੈਜ਼ੀਡੈਂਟ ਹੈ ਉਹ ਅਪੁਆਇੰਟਮੈਂਟ ਕਿਸ ਦੀ ਕਿਸ ਦੀ ਅਪੁਆਇੰਟਮੈਂਟ ਨਹੀਂ ਕਰਦਾ ਤਾਂ ਗਵਰਨਰ ਜੋ ਹੈ ਫਰੈਂਡਸ ਉਹ ਅਪੁਆਇੰਟ ਕੀਤਾ ਜਾਵੇਗਾ ਪ੍ਰੈਜ਼ੀਡੈਂਟ ਵੱਲੋਂ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਇਹ ਵੀ ਅਪੁਆਇੰਟ ਕੀਤਾ ਜਾਵੇਗਾ ਹਾਈ ਕੋਰਟ ਆਫ ਚੀਫ ਜਸਟਿਸ ਆਫ ਹਾਈ ਕੋਰਟ ਆਫ ਇੰਡੀਆ ਇਹ ਵੀ ਅਪੁਆਇੰਟ ਕੀਤਾ ਜਾਵੇਗਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜੋ ਹੈ ਫਰੈਂਡਸ ਇਹੇ ਨੋਮੀਨੇਟ ਜਾਂ ਇਲੈਕਟ ਨਹੀਂ ਕਰਦਾ ਪ੍ਰੈਜ਼ੀਡੈਂਟ ਤਾਂ ਇਸ ਤਰੀਕੇ ਨਾਲ ਸੋਚਣ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਡੀ ਹੋਵੇਗਾ ਤਾਂ ਆਓ ਆਪਾਂ ਦੇਖ ਲੈਨੇ ਕਿ ਪ੍ਰੈਜ਼ੀਡੈਂਟ ਕਿਸ ਕਿੰਨਾ ਕਿੰਨਾਂ ਨੂੰ ਅਪਾਇੰਟ ਕਰ ਸਕਦਾ ਹੈ ਤਾਂ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਪ੍ਰਾਈਮ ਮਿਨਿਸਟਰ ਨੂੰ ਉਸ ਤੋਂ ਬਾਅਦ ਕੌਂਸਲਰ ਮਿਨਿਸਟਰ ਉਸਦੀ ਜੋ ਕੈਬਨਿਟ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਦੇ ਨਾਲ ਉਸ ਨੂੰ ਵੀ ਉਹ ਅਪਾਇੰਟ ਕਰਦਾ ਹੈ 2 ਮੈਂਬਰਸ ਜੋ ਹੈ ਉਹ ਲੋਕ ਸਭਾ ਦੇ ਵਿੱਚ ਨੋਮੀਨੇਟ ਕਰਦਾ ਹੈ ਜੋ ਕਿ ਐਂਗਲੋ ਇੰਡੀਅਨ ਹੁੰਦੇ ਆ ਐਂਡ 12 ਮੈਂਬਰ ਇਸ ਫਰੈਂਡ ਰਾਜ ਸਭਾ ਦੇ ਵਿੱਚ ਨਾਮਿਨੇਟ ਕਰਦਾ ਜਿਨ੍ਹਾਂ ਨੂੰ ਕਿਸੇ ਸਪੈਸ਼ਲ ਫੀਲਡ ਦੇ ਵਿੱਚ ਨੋਲਜ ਹੁੰਦੀ ਹੈ ਇਸ ਤੋਂ ਇਲਾਵਾ ਚੀਫ ਜਸਟਿਸ ਐਂਡ ਅਦਰ ਜਜਸ ਜੋ ਹੁੰਦੇ ਆ ਸੁਪਰੀਮ ਕੋਰਟ ਦੇ ਸਟੇਟ ਐਂਡ ਯੂਟੀਜ਼ ਦੇ ਉਹਨਾਂ ਨੂੰ ਅਪਾਇੰਟ ਕਰਦਾ ਚੀਫ ਮਨਿਸਟਰਸ ਆਫ ਦਾ ਨੈਸ਼ਨਲ ਕੈਪੀਟਲ ਆ ਟੈਰੀਟਰੀ ਆਫ ਦਿੱਲੀ ਇਸ ਨੂੰ ਇਹ ਅਪਾਇੰਟ ਕਰੇਗਾ ਪ੍ਰੈਜ਼ੀਡੈਂਟ ਉਸ ਤੋਂ ਇਲਾਵਾ ਫਰੈਂਡਸ ਕੈਗ ਜਿਸ ਨੂੰ ਕਮ ਟੋਲਰੈਂਟ ਐਡੀਟਰ ਜਰਨਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੀ ਅਪੁਆਇੰਟਮੈਂਟ ਵੀ ਪ੍ਰੈਜ਼ੀਡੈਂਟ ਵੱਲੋਂ ਕੀਤੀ ਜਾਂਦੀ ਹੈ ਚੀਫ ਇਲੈਕਸ਼ਨ ਕਮਿਸ਼ਨ ਐਂਡ ਅਦਰ ਜੋ ਇਲੈਕਸ਼ਨ ਕਮਿਸ਼ਨਰ ਹੁੰਦੇ ਆ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਹੈ ਇਸ ਤੋਂ ਲਾਹ ਫਰੈਂਡਸ ਚੇਅਰਮੈਨ ਐਂਡ ਅਦਰ ਮੈਂਬਰਸ ਆਫ ਜੁਪੀਐਸਸੀ ਯੂਕੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜੋ ਕਿ ਇੰਡੀਆ ਦੀ ਸਿਵਲ ਸਰਵਿਸਿਜ਼ ਦੇ ਐਗਜ਼ਾਮ ਕੰਡਕਟਰ ਰੂਨਦੀ ਹੈ ਇਸ ਦਾ ਜੋ ਚੇਅਰਮੈਨ ਹੁੰਦਾ ਐ ਐਂਡ ਅਦਰ ਮੈਂਬਰਸ ਉਹ ਵੀ ਪ੍ਰੈਜ਼ੀਡੈਂਟ ਨਾਮ ਅਪਾਇੰਟ ਕਰਦਾ ਐ اٹਾਰਨੀ ਜਨਰਲ ਜੋ ਕਿ ਫਰੈਂਡਸ ਗਵਰਨਮੈਂਟ ਆਫ ਇੰਡੀਆ ਦਾ ਹਾਈਐਸਟ ਲੀਗਲ ਆਫੀਸਰ ਹੁੰਦਾ ਉਸ ਨੂੰ ਵੀ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਐ ਐਮਬੈਸਡਰਸ ਐਂਡ ਹਾਈ ਕਮਿਸ਼ਨਰਸ ਟੂ ਦਾ ਅਦਰ ਕੰਟਰੀਜ਼ ਹੋਰ ਕੰਟਰੀ ਨੂੰ ਜੋ ਵੀ ਆਪਣੇ ਇੰਵੈਸਟਰ ਇੰਡੀਆ ਦੇ ਲਗਾਏ ਜਾਂਦੇ ਹਨ ਜੋ ਕਿ ਜਿਨ੍ਹਾਂ ਦੇ ਨਾਮ ਪ੍ਰਾਈਮ ਮਿਨਿਸਟਰ ਵੱਲੋਂ ਗਿਵਨ ਕੀਤੇ ਜਾਂਦੇ ਆ ਉਹ ਵੀ ਸਾਰੇ ਪ੍ਰੈਜ਼ੀਡੈਂਟ ਅਪੋਇੰਟ ਕਰੇਗਾ ਇਸ ਤੋਂ ਲਾਵਾ ਫਰੈਂਡਸ ਜਿੰਨੇ ਵੀ ਏ ਗਰੁੱਪ ਦੇ ਆਫੀਸਰ ਹੁੰਦੇ ਆ ਜਿਸ ਤਰ੍ਹਾਂ ਆਈਏਐਸ ਆਈਪੀਐਸ ਐਂਡ ਆਈਐਫਐਸ ਇਹ ਸਾਰੇ ਜੋ ਸਿਵਲ ਸਰਵੈਂਟ ਹਨ ਇਹ ਵੀ ਪ੍ਰੈਜ਼ੀਡੈਂਟ ਨਾਮਿਨੇਟ ਕਰਦਾ ਹੈ ਤਾਂ ਇਹ ਸੀਗੇ ਕੁਝ ਕੁ ਪੰਜਾਬ ਗਵਰਨਮੈਂਟ ਦੇ ਪ੍ਰੀਵियस ਇਗਜ਼ਾਮ ਦੇ ਵਿੱਚ ਕੁਸ਼ਚਨ ਮਿਲਦੇ ਆ ਕੁਝ ਨੈਕਸਟ ਸੈੱਟ ਦੇ ਵਿੱਚ ਥੈਂਕਸ ਫੋਰ ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਬੈਲ ਆਈਕਨ ਵੀ ਜਰੂਰ ਦਬਾਦਿਆ ਕਰੋ ਤਾਂ ਜੋ ਇਸ ਸੀਰੀਜ਼ ਦੇ ਜੋ ਵੀ ਅਪਕਮਿੰਗ ਸੈਟ ਅਪਲੋਡ ਹੋਣਗੇ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਐਂਡ ਫਰੈਂਡਸ ਇਹ ਸਾਨੂੰ ਟੈਲੀਗ੍ਰਾਮ ਚੈਨਲ ਐਂਡ ਇੰਸਟਾ ਵੀ ਫੋਲੋ ਕਰ ਸਕਦੇ ਹੋ ਥੈਂਕਸ